ਹੈਲੋ ਸਸਿਕਾ ਮੇਰੇ ਸਾਰੇ ਦੋਸਤੋ ਅੱਜ ਆਪਾਂ ਕਰਨ ਜਾ ਰਹੇ ਹਾਂ ਮੈਥ ਦਾ ਐਲਸੀਐਮ 2 ਠੀਕ ਹੈ ਇੱਕ ਸੈਟ ਆਪਾਂ ਕਰ ਲਿਆ ਸੀ ਐਲਸੀਐਮ ਦਾ ਹੁਣ ਆਪਾਂ ਦੂਸਰਾ ਐਲਸੀਐਮ ਦਾ ਸੈਟ ਸ਼ੁਰੂ ਕਰਨ ਜਾ ਰਹੇ ਹਾਂ ਬੱਚਿਓ ਤੇ ਉਹ ਧਿਆਨ ਨਾਲ ਸੁਣਿਓ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਪਿਛਲੇ ਸਵਾਲ ਦੀਆਂ ਥੋੜੀਆਂ ਜਿਹੀਆਂ ਖਾਮੀਆਂ ਸੀ ਇੱਕ ਬੱਚੇ ਨੂੰ ਸਮਝ ਨਹੀਂ ਆਈ ਸੀ ਦੋ ਬੱਚਿਆਂ ਨੂੰ ਸਵਾਲ ਸਮਝ ਨਹੀਂ ਆਏ ਸੀ ਦੋ ਸਵਾਲ ਸੀ ਉਹ ਜਿਹੜੇ ਇਹਨਾਂ ਨੂੰ ਸਮਝ ਨਹੀਂ ਆਏ ਤੇ ਉਹਦੇ ਬਾਰੇ ਆਪਾਂ ਡਿਟੇਲ ਚ ਪਹਿਲਾਂ ਚਰਚਾ ਕਰਦੇ ਇਸ ਤੋਂ ਬਾਅਦ ਆਪਾਂ ਅੱਗੇ ਟੌਪਿਕ ਵਧਾਵਾਂਗੇ ਦੇਖੋ ਉਹ ਸਵਾਲ ਸੀ 128 352 238 368 ਕਹਿੰਦੇ ਆ ਸਰ ਆਸਵਾਨ ਹੀ ਨਿਕਲਿਆ ਉਹ ਜੋ ਕੀ ਔਖੇ ਰਹੇ ਸਾਨੂੰ ਕਿੰਨੇ ਵਾਰੀ ਦੱਸਿਆ ਕਿ ਜੇ ਲੋ ਇਹ ਚੀਜ਼ ਕੱਢਣੀ ਹੋਵੇ ਸਭ ਤੋਂ ਪਹਿਲਾਂ ਵੱਡੀ ਰਕਮ ਦਾ ਤਾਰ ਲਓ ਠੀਕ ਹੈ ਤੇ ਇਸ ਤਰ੍ਹਾਂ ਸੀ 68 ਨੂੰ ਵਿੱਚ ਤਾਰ ਲਓ ਜਿਹੜੀ ਦੂਸਰੀ ਰਕਮਾ ਉਹਨੂੰ ਬਾਹਰ ਤਾਰ ਲਓ ਠੀਕ ਹੈ ਮੁਰਕੇ ਨੂੰ ਵੰਡ ਦੋ ਏਕੇ ਦੇ ਜਾਊਗਾ ਇਹ 128 352 ਇਧਰ ਇਹ ਕਿ 6 ਇਧਰ ਇਹ ਕਿ ਕਿਦਰ ਇਹ ਕਿ 0011 ਠੀਕ ਹੈ ਇਹ ਚੀਜ਼ ਆ ਗਈ ਇਸ ਤੋਂ ਬਾਅਦ ਆਪਾਂ 128 352 ਤਾਰ ਲਿਆ ਇਸ ਤੋਂ ਬਾਅਦ ਇਹ ਫਿਰ ਇੱਕ ਤੇ ਜਾਊਗਾ ਠੀਕ ਹੈ ਇੱਕ ਤੇ ਫਿਰ ਭੇਜਤਾ ਆਪਾਂ ਇਹਦੇ ਕਿੰਨਾ ਲੱਗਾ 6 ਇਹਦੇ ਕਿ ਚਾਰ ਚਾਰਾ ਜੇ ਕਰਦੇ ਤਾਂ ਨਾ ਤੰਨ 81 ਕਿੰਨਾ ਬਣ ਗਿਆ ਇਹ 808 336 ਵਿੱਚ ਕਿੰਨਾ ਰੱਖਾਂਗੇ ਆ ਚੀਜ਼ ਜਿਹੜਾ ਉਹ ਵੰਡਿਆ ਆਪਾਂ 6 ਦਾ 6 ਤੇ 11 11 ਜਿਹੜਾ 16 ਪ੍ਰੋਪਰ ਹੀ ਵਗ ਜੂਗਾ ਤੇ ਆਪਣੇ ਕੋਲ ਕੀ ਬਚ ਗਿਆ ਐ ਐਚ ਸੀ ਐਫ ਕਿੰਨਾ ਆ ਗਿਆ ਬੱਚੋ ਆਪਣੇ ਕੋਲੇ ਐਚ ਸੀ ਐਫ ਆ ਗਿਆ ਆਪਣੇ ਕੋਲੇ 18336 ਇਹ 18336 ਨੂੰ ਆਪਾਂ ਇਹਨਾਂ ਆਪਾਂ ਕਰ ਦੋ ਤੇ 238 368 ਭਾਗ 18336 ਦੋਨਾਂ ਨਾਲ ਕਰ ਦੋ ਤੇ ਆਪਣੇ ਕੋਲੇ ਆਨਸਰ ਆ ਜਾਊਗਾ ਇਹ ਨੌਲਜ ਵਾਲੀ ਕਿਹੜੀ ਲੋੜ ਸੀ ਬੱਚੋ ਤੁਸੀਂ ਨੌਲਜ ਹੀ ਗਏ ਸਵਾਲ ਦੇ ਵਿੱਚ ਇੱਕ ਬੱਚੇ ਨੇ ਹੋਰ ਸਵਾਲ ਪੁੱਛਿਆ ਸੀ ਉਹ ਉਸ ਨੂੰ ਕਰਵਾ ਕੇ ਗਿਆ ਮੈਂ ਉਹ ਵੀ ਉਹ ਸਵਾਲ ਕਿਹੜਾ ਸੀ ਕਹਿੰਦਾ ਜੀ ਆ 16575 5.6 ਤੇ 17ਵਾਂ ਅਧੂ ਸਰਕ ਦੇ ਵਿੱਚ ਜੀ ਤੁਸੀਂ ਆ 100 ਕਿੱਥੋਂ ਲਾਤਾ ਐਂ ਸਾਨੂੰ ਸਮਝ ਨਹੀਂ ਆਇਆ ਜੀ ਉਹ ਸਮਝਣ ਵਾਲੀ ਕਿਹੜੀ ਗੱਲ ਹੁੰਦੀ ਆ ਪੁੱਤਰੋ ਇਹਦਾ ਐਚਸੀਐਫ ਪਤਾ ਕਰਨ ਨੂੰ ਕਿਹਾ ਜਿਹੜੀ ਚੀਜ਼ ਪਤਾ ਕਰਨ ਨੂੰ ਕਹੀ ਹੋਵੇ ਉਹ ਹਮੇਸ਼ਾ ਹੇਠਲੇ ਦੀ ਕਰਨੀ ਆ ਉ ਤਾਂ ਪੀਐਲਸੀਐਮ ਹਮੇਸ਼ਾ ਥੱਲੇ ਲਿਆ ਕਰਦੇ ਨੇ ਜਿਹਨਾਂ ਨੇ ਪੁੱਛ ਲਿਆ ਐਚਸੀਐਫ ਕਰਨ ਦਾ ਐਚਸੀਐਫ ਉੱਪਰਲੇ ਦੀ ਹੋਊਗਾ ਹਮੇਸ਼ਾ ਥੱਲੇ ਲਿਆ ਨਹੀਂ ਹੋਊਗਾ ਜਿੱਥੇ ਐਲਸੀਐਮ ਕਹਿੰਦਾ ਤੇ ਐਲਸੀਐਮ ਥੱਲੇ ਲਿਆ ਨਹੀਂ ਹੋਊਗਾ ਉੱਤੇ ਦੀ ਜਿਹੜੀ ਤਾਂ ਮੇਰੇ ਸਾਹਮਣੇ ਐਚਸੀਐਫ ਲਿਖਤੋਂ ਉਸ ਦੀ ਹੋਊਗਾ ਜਿਹੜਾ ਪੁੱਛ ਲਿਆ ਉਹਨਾਂ ਨੇ ਦੇਖੋ 175 ਨੂੰ ਆਪਾਂ 100 ਲਿਖ ਲਾਂਗੇ 100 ਕਿਉਂ ਲਿਖਾਂਗੇ ਕਿਉਂਕਿ ਇੱਕ ਜ਼ੀਰੋ ਪੁਆਇੰਟ ਖਤਮ ਕਰਨ ਵਾਸਤੇ ਜਿੰਨੇ ਵੀ ਨਾਲ ਇਹ ਅੱਖਰ ਹੁੰਦੇ ਉਹਨਾਂ ਨੂੰ ਆਪਾਂ ਜ਼ੀਰੋ ਮਾ ਲਾ ਦਿੰਨੇ ਹੁੰਦੇ ਆ 56 ਦਾ ਆਪਾਂ 10 ਲਾ ਦਾਂਗੇ 7 ਦਾ ਆਪਾਂ 1 ਲਾ ਦਾਂਗੇ ਦੇਖੋ ਹੁਣ ਤੁਹਾਨੂੰ ਦੱਸਾਂਗੇ ਸਭ ਤੋਂ ਛੋਟੀ ਰਕਮ ਚੱਕ ਲਓ ਜਿਹਦਾ ਆਪਾਂ ਇਚ ਸੇਵ ਕੱਢਣਾ 56 ਵਿੱਚ ਰੱਖ ਲਓ ਜਿਹੜੀ ਉਹ ਤੋਂ ਵੱਡੀ ਹੋਵੇ ਉਹ ਵਿੱਚ ਰੱਖ ਲਓ 700 756 ਕਿੰਨਾ ਆ ਗਿਆ ਇਹਨਾਂ ਦੋਨਾਂ ਸੰਖਿਆਵਾਂ ਦਾ ਐਚ ਸੀ ਐਫ 7 ਜਿਸ ਤੋਂ ਕਿ ਜ਼ੀਰੋ ਨਾਲ ਆਪੇ ਉਹ ਤੱਕ ਰੁਕਣਾ ਨਹੀਂ ਆਪਾਂ 7 ਵਜ ਗਿਆ ਹੁਣ 7 ਨੂੰ ਆਪਾਂ 25 ਆਤਾ 175 ਕਿੰਨੀ ਆ ਗਈ 0 ਆ ਗਈ ਇੱਥੀ ਬਾਅਦ ਇੱਥੀ ਬਾਅਦ ਰਕਮ ਰਹੇਗੀ ਜੀ ਆਪਾਂ ਅੱਗੇ ਚੱਲ ਕਿੰਨਾ ਆ ਗਿਆ ਐਚ ਸੀ ਐਫ 7 ਆ ਗਿਆ ਇਹਦੀ originary ਕਿਹੜੀ ਕਾਲ ਸੀ ਇਹਦੇ ਚ ਪਰ ਥੋੜਾ ਜੇ ਇਹ ਸਵਾਲ ਵੀ ਹੁੰਦੇ ਨੇ ਨਾ ਫਿਰ ਆਪਣਾ ਕੰਮ ਖਤਮ ਹੋ ਸਕਦਾ ਹੈਗਾ ਠੀਕ ਹੈ ਤੇ ਬਾਕੀ ਜੇ ਕੋਈ ਹੋਰ ਸਵਾਲ ਕਿਸੇ ਨੂੰ ਪ੍ਰਾਣੇ ਦੀ ਦਿੱਕਤ ਹੋਈ ਤਾਂ ਦੱਸੋ ਦੋ ਸਵਾਲ ਹੀ ਪੁੱਛੇ ਸੀ ਮੈਂ ਥੋੜੇ ਮੈਨੂੰ ਆਨਸਰ ਦੇਤੇ ਹੁਣ ਆਪਾਂ ਸਵਾਲ ਕਰਨ ਜਾ ਰਹੇ ਹਾਂ ਅਗਲਾ ਉਸ ਸਵਾਲ ਤੁਸੀਂ ਇੱਕ ਵਾਰ ਧਿਆਨ ਨਾਲ ਦੇਖ ਲਓ ਕਿਵੇਂ ਆ ਸਵਾਲ ਰਕਮ ਲਿਖ ਲਓ ਆਉਤੀ ਹੋ ਸੈਟ ਨੰਬਰ 2 ਚੱਲ ਰਿਹਾ ਹੈ ਆਪਣਾ ਕਹਿੰਦੇ ਆਪਣੇ ਕੋਲੇ ਭਾਈ ਕਿੰਨੀਆਂ ਸੰਖਿਆਵਾਂ ਬੱਚਿਓ ਤਿੰਨ ਸੰਖਿਆਵਾਂ ਬ ਆਪਣੇ ਕੋਲੇ ਓਕੇ ਜੀ ਕਿੰਨੀਆਂ ਸੰਖਿਆਵਾਂ ਤਿੰਨ ਸੰਖਿਆਵਾਂ 1:2 ਦੇ ਵਿੱਚ 2:3 ਦੇ ਵਿੱਚ 3:1 ਦੇ ਵਿੱਚ ਹੈ ਤੇ ਇਹਨਾਂ ਦਾ ਆਪਾਂ ਨੂੰ ਐਚसीएफ ਬੱਚਿਓ ਕਿੰਨਾ ਦਿੱਤਾ ਐਚसीएफ ਦਿੱਤਾ ਜੀ ਇਹਨਾਂ ਦਾ ਆਪਾਂ ਨੂੰ 12 ਤਾਂ ਇਹ ਸੰਖਿਆਵਾਂ ਆ ਇਹ ਕਿਹੜੀਆਂ ਕਿਹੜੀਆਂ ਕੁਐਸਚਨ ਮਾਰ ਕੇ ਪਤਾ ਕਰੋ ਤਿੰਨ ਸੰਖਿਆਵਾਂ ਕਿਹੜੀਆਂ ਬੱਚਿਓ 1x 2x 3x x ਲਾ ਲਓ ਅਨੁਪਾਤ ਦਾ ਕੀ ਮਤਲਬ ਹੁੰਦਾ ਪਹਿਲਾਂ ਤਾਂ ਇਹ ਸਮਝੋ ਅਨੁਪਾਤ ਦਾ ਮਤਲਬ ਹੁੰਦਾ ਬੱਚਿਓ ਹਿੱਸੇ ਅਨੁਪਾਤ ਦਾ ਕੀ ਮਤਲਬ ਹੁੰਦਾ ਅਨੁਪਾਤ ਦਾ ਮਤਲਬ ਹੁੰਦਾ ਹਿੱਸੇ ਗੱਲ ਸਮਝ ਗਏ ਤੁਸੀਂ ਇਸ ਦਾ ਮਤਲਬ ਹੁੰਦਾ ਕਿ ਮਤਲਬ ਇਹਦਾ 100 ਵੀ ਹੋ ਸਕਦਾ ਹੈ ਆ 100 ਦਾ ਹਿੱਸਾ ਵੀ ਹੋ ਸਕਦਾ ਜਿਵੇਂ ਕਿ ਕਿਸੇ ਨੇ 100 ਰੁਪਏ ਦਿੱਤਾ ਭਈ ਇਹਨੂੰ 100 ਰੁਪਏ ਦੇ ਦਿੱਤੇ ਨੂੰ 200 ਰੁਪਏ ਦੇ ਦਿੱਤੇ ਨੂੰ 300 ਰੁਪਏ ਦਿੱਤਾ ਜੇ ਆਪਰੇ ਇਸ ਸਿਕਟਰੀ ਕਿਹਾ ਤਾਂ ਇਹ ਕੋਲ ਇੱਕ ਹਿੱਸਾ ਆ ਗਿਆ ਇਹ ਕੋਲ ਦੋ ਹਿੱਸਾ ਆ ਗਏ ਇਹ ਕੋਲ ਤਿੰਨ ਹਿੱਸਾ ਆ ਗਿਆ ਇਹਦਾ ਰੇਸ਼ੋ ਦਾ ਮਤਲਬ ਇਹ ਹੁੰਦਾ ਮਤਲਬ ਕਿਸੇ ਇਹ ਤਾਂ 1000 ਰੁਪਏ ਤੇ ਜੀ ਸੈਕਰੀ ਕਿੰਨਾ ਆ ਗਿਆ ਉਹੀ ਚੀਜ਼ ਇੱਕ ਹਿੱਸਾ ਦੋ ਹਿੱਸਾ ਤਿੰਨ ਹਿੱਸਾ ਇਹ ਲੱਖਾਂ 'ਚ ਵੀ ਵਗ ਜਾਣ ਭਾਵੇਂ ਤਾਂ ਹਿੱਸੇ ਹਿੱਸੇ ਰਹਿੰਦੇ ਹੁੰਦੇ ਆ ਠੀਕ ਹੈ ਇਹਨੂੰ ਆਪਾਂ 10 ਰੁਪਏ ਇਹਨੂੰ 10 ਰੁਪਏ ਦੇ ਦੇ ਤੈਨੂੰ 20 ਰੁਪਏ ਦੇ ਦੇ ਤੈਨੂੰ 30 ਰੁਪਏ ਦੇ ਦੇ ਜਿਹੜਾ ਆਪਾਂ ਦੇਖਾਂਗੇ ਕੱਟ ਕੇ 10 ਦੀ ਰੇਸ਼ੋ 1 2 3 ਇਹਦੇ ਕੋਲ ਇੱਕ ਹਿੱਸਾ ਆ ਗਿਆ ਇਹਦੇ ਕੋਲ ਦੋ ਹਿੱਸਾ ਆ ਗਿਆ ਤੇਰੇ ਕੋਲੇ ਤੀਜਾ ਹਿੱਸਾ ਆ ਗਿਆ ਠੀਕ ਹੈ ਇਹ ਸਵਾਲ ਆ ਬੱਚੋ ਠੀਕ ਹੈ ਇਹ ਵੀ ਤੁਸੀਂ ਇੰਨੇ ਚੁਲਝੀ ਜਾਂਦੇ ਸੀ ਇਹਦੇ ਚੰਨਾ ਦੇਖੋ ਇਹ ਤਰੀਕੇ ਨਾਲ ਪਤਾ ਲੱਗ ਗਿਆ ਸਿੱਧਾ ਤੇ ਹੁ ਠੀਕ ਹੈ ਜੀ ਇਸ ਵਾਰ ਇਹ ਹੁੰਦਾ ਇਹਦਾ ਮਤਲਬ ਰੇਸ਼ੋ ਦਾ ਹੁਣ ਦੇਖੋ ਹੁਣ ਆਪਾਂ ਅੱਗੇ ਹੀ ਸਵਾਲ ਹੱਲ ਕਰਦੇ ਆਂ ਆ ਜੀ ਦਿੱਤੀ ਆਪਾਂ ਨੂੰ ਉਹਨਾਂ ਨੇ ਠੀਕ ਹੈ ਆ ਜੀ ਦੇ ਕੇ ਆਪ ਨੂੰ ਕੀ ਕਹਤਾ ਉਹਨਾਂ ਨੇ ਆਪਾਂ ਇਹ ਕਹਿੰਦੇ ਰੇਸ਼ੋ ਹੈ ਨਾ ਐਚ ਸੀ ਐਫ 12 ਸੰਖਿਆ ਰਸਤੂ ਕਿਹੜੀ ਹੈ ਐਚ ਸੀ ਐਫ ਕੀ ਹੁੰਦਾ ਸਾਰਿਆਂ ਦਾ ਐਚ ਸੀ ਐਫ ਤੇ ਕੀ ਹੋ ਐਚ ਸੀ ਐਫ ਨੂੰ ਆਪਾਂ ਮੰਨ ਲਵਾਂ x x ਦੀ ਵੈਲਿਊ ਕਿੰਨੀ ਆ 12 ਜੋ 12 x ਦੀ ਚ ਪੁੱਟ ਕਰ ਦੋ ਇੱਥੇ 12 ਪੁੱਟ ਕਰਤਾ ਇੱਥੇ 12 ਪੁੱਟ ਕਰਤਾ ਇੱਥੇ 12 ਪੁੱਟ ਕਰਤਾ ਇਹਦਾ 12x 24x 36 ਆ ਗਿਆ ਦਾ ਅਨਸਰ ਆ ਰਿਸ਼ੋਸੀ ਦੀ ਠੀਕ ਹੈ ਜੀ ਆਪਾਂ ਵੰਡ ਕੇ ਦੇਖੇ ਨੂੰ ਦੁਬਾਰੀ ਕੰਪੇਅਰ ਕਰਕੇ ਦੇਖੀਏ ਜਿਹੜੀ ਰੇਸ਼ੋ ਬੰਦੇ ਦੇਖ ਲਓ ਬਾਰੇ ਇੱਕ ਬਾਰੇ ਇੱਕ ਬਾਰੇ ਬਾਰੇ ਤੋਂ ਜੋ ਵੀ ਬਾਰੇ ਦੀ 36 ਬਾਰੇ ਕੋ ਸੇਮ ਟੂ ਸੇਮ ਹੋ ਜੀ ਫੇਰ ਬੰਦਗੀ ਠੀਕ ਹੈ ਐਚ ਸੀ ਐਫ ਬਸ ਇੱਕ ਇਹ ਹੀ ਇੱਕ ਸਵਾਲ ਹੀ ਇਹਦੇ ਨਾਲ ਦਾ ਇਸ ਤੋਂ ਬਾਅਦ ਆਪਾਂ ਅਗਲਾ ਸਵਾਲ ਕਰਨ ਜਾ ਰਹੇ ਹਾਂ ਅਗਲਾ ਸਵਾਲ ਆਪਣਾ ਕੀ ਕਹਿੰਦਾ ਇਹ ਕਹਿੰਦਾ ਇਹ ਤੁਸੀਂ ਕਰੋ ਹੁਣ ਇਹ ਤੁਹਾਡਾ ਕੰਮ ਆਗਾ 105 165 165 285 ਤੇ 1365 ਠੀਕ ਹੈ ਬੱਚੋ ਇਹਦਾ ਤੁਸੀਂ ਕੀ ਪਤਾ ਕਰਨਾ ਇਹਦਾ ਤੁਸੀਂ ਮੈਨੂੰ ਪਤਾ ਕਰਕੇ ਦੱਸਣਾ ਐਚ ਸੀ ਐਫ ਠੀਕ ਹੈ ਐਚ ਸੀ ਐਫ ਪਤਾ ਕਰਕੇ ਦੱਸਣਾ ਇਹਦਾ ਤੁਹਾਨੂੰ ਮੈਂ ਆਨਸਰ ਦੱਸ ਰਿਹਾ ਕਿੰਨਾ ਆਊਗਾ ਤੇ ਆਨਸਰ ਜੇਵਾ ਸੇਮ ਰੂ ਸੇਮ ਐਜ਼ ਇਟ ਹੋਣਾ ਚਾਹੀਦਾ ਆਪਣੇ ਕੋਲੇ ਠੀਕ ਹੈ ਐਜ਼ ਇਟ ਆਨਸਰ ਹੋਣਾ ਚਾਹੀਦਾ ਜੇ ਥੋੜੀ ਮੋਟੀ ਵੀ ਕਰਪੜੀ ਹੋ ਕੇ ਹਿਸਾਬ ਲਾ ਲਿਓ ਉਹਦਾ ਇਹਦਾ ਆਨਸਰ ਆ ਰਿਹਾ ਜੀ ਆਪਣਾ 15 ਓਕੇ ਇਸ ਤੋਂ ਬਾਅਦ ਅਗਲਾ ਸਵਾਲ ਕਰਨ ਜਾ ਰਹੇ ਆ ਆਪਾਂ ਇਸੇ ਦੇ ਇਹ ਵੀ ਤੁਸੀਂ ਕੱਢਣਾ ਹੈ ਇਹ ਤੁਹਾਡਾ ਕੰਮ ਆਗਾ 8 9 12 15 20 25 ਇਹਦਾ ਐਲਸੀਐਮ ਕੱਢਣਾ ਤੁਸੀਂ 24 36 40 ਦਾ ਵੀ ਐਲਸੀਐਮ ਕੱਢਣਾ ਠੀਕ ਹੈ ਤੇ 148 ਤੇ 185 ਦਾ ਤੁਸੀਂ ਕੱਢਣਾਗਾ ਇਹਦੇ ਵੀ ਤੁਸੀਂ ਐਲਸੀਐਮ ਵੀ ਕੱਢਣਾਗਾ ਠੀਕ ਹੈ ਤਿੰਨਾਂ ਦੇ ਤੁਸੀਂ ਕੀ ਕੱਢਣੇ ਆ ਬੱਚੋ ਐਲਸੀਐਮ ਕੱਢਣੇ ਆ ਓਕੇ ਜੀ ਤੇ ਬਸ ਤੁਸੀਂ ਦੇਖ ਲਓ ਕੱਢ ਕੇ ਜਿਹੜਾ ਪ੍ਰੋਪਰ ਮੰਡੀ ਕੀ ਰੱਖੋ ਸੁਣੋ ਆਟੋਮੈਟਿਕ ਪਤਾ ਲੱਗ ਜੂ ਕੀ ਆਨਸਰ ਆ ਰਿਹਾ ਹੈਗਾ ਜੀ ਆਨਸਰ ਕੀ ਵੀ ਦੱਸਣੀ ਲੋੜ ਨਹੀਂ ਕਿਉਂਕਿ ਸੌਖੇ ਸਭ ਹਵਾਲਾ ਜਾਮਾ ਇਹ ਓਕੇ ਜੀ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਦੇ ਵਿੱਚੋਂ ਅਗਲੇ ਸਵਾਲਾਂ ਦੀ ਲੜੀ ਜਿਹੜੀ ਕਿ ਪੇਪਰ ਦੇ ਮਾਡੀਅਮ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਓਕੇ ਜੀ ਮੈਂ ਦੇਖੋ ਜੀ ਇਹ ਸਵਾਲ ਕਹਿੰਦਾ ਤਰੀਕਾ ਕੀ ਹੈ ਕਹਿੰਦੇ ਦੋ ਸੰਖਿਆਵਾਂ ਦਿੱਤੀਆਂ ਆਪਾਂ ਨੂੰ ਇੱਕ ਦਾ ਤਾਂ ਐਚਸੀਐਫ ਦਿੱਤਾ ਤੇ ਇੱਕ ਦਾ ਕੀ ਦਿੱਤਾ ਆਪਾਂ ਨੂੰ ਐਲਸੀਐਮ ਦਿੱਤਾ ਧਿਆਨ ਨਾਲ ਸੁਣਨਾ ਇਹ ਪੇਪਰ ਪੱਕਾ ਹੀ ਆਇਆ ਵਾ ਇਹ ਕਾਨੂੰਗੋ ਦੇ ਪੇਪਰ ਚ ਆਇਆ ਵਾ ਬੱਚੋ ਪੰਜਾਬ ਦੇ ਕਾਨੂੰਗੋ ਦੇ ਪੇਪਰ ਦੇ ਵਿੱਚ 2017 18 ਦਾ ਜਿਹੜਾ ਪੇਪਰ ਹੋਇਆ ਸੀ ਕਾਨੂੰਗੋ ਦਾ ਉਹਦੇ ਵਿੱਚ ਇਹ ਪ੍ਰਸ਼ਨ ਡਾਇਰੈਕਟ ਪੁੱਛਿਆ ਗਿਆਗਾ ਦੇਖੋ ਪੇਪਰ ਦੀ ਵੀ 100% ਪੁੱਛਿਆ ਜਾਣਾ ਦੋ ਸੰਖਿਆਵਾਂ ਦਾ ਦੋ ਸੰਖਿਆਵਾਂ ਵਿੱਚੋਂ ਐਚ ਦੋ ਸੰਖਿਆਵਾਂ ਦਾ ਐਚਸੀਐਫ ਤੇ ਐਲਸੀਐਮ ਕਿੰਨਾ ਇੱਕ ਦਾ 8 ਹੈ ਇੱਕ ਦਾ 38 ਇਹਨਾਂ ਦੇ ਵਿੱਚੋਂ ਇੱਕ ਸੰਖਿਆ 24 ਹੈ ਤਾਂ ਦੂਸਰੀ ਸੰਖਿਆ ਪਤਾ ਕਰੋ ਇਹਦਾ ਫਾਰਮੂਲਾ ਤੁਹਾਨੂੰ ਦੱਸਦਾ ਕੀ ਹੁੰਦਾਗਾ ਇਹਦਾ ਫਾਰਮੂਲਾ ਬੱਚੇ ਹੁੰਦਾਗਾ ਪਹਿਲੀ ਸੰਖਿਆ ਦੀ ਦੂਜੀ ਸੰਖਿਆ ਨਾਲ ਗੁਣਾ ਕਰਨੀ ਹੁੰਦੀ ਆ ਆਪਾਂ ਚਲੋ ਉਹ ਤਾਂ ਉਹਦਾ ਛੱਡੋ ਪਰੇ ਤੁਸੀਂ ਤੁਸੀਂ ਕੀ ਕਰੋ ਸਿੱਧਾ ਮੈਥਡ ਦੱਸਦਾ ਤੁਹਾਨੂੰ ਮੈਂ ਆਪਾਂ ਕੱਢਣੀ ਆ ਇੱਕ ਸੰਖਿਆ ਆਪ ਨੂੰ ਪਤਾ ਦੂਸਰੀ ਸੰਖਿਆ ਪਤਾ ਕਰਨੀ ਆ ਦੋ ਚੀਜ਼ਾਂ ਦਿੱਤੀਆਂ ਆਪਾਂ ਨੂੰ ਪਤਾ ਕਰਨਾ ਕੀ ਮਤਲਬ ਹੈ ਐਚसीएफ ਤੇ ਐਲਸੀਐਮ ਦੀ ਗੁਣੀ ਕਰ ਦਿਓ ਆਪਸ ਦੇ ਵਿੱਚ ਗੱਲ ਦੀ ਨੀ ਬੇੜ ਦਿਓ ਸਾਰੀ ਐਕਸ ਆਪਾਂ ਕੱਢਣੀ ਆ ਦੂਜੀ ਸੰਖਿਆ ਕੱਢਣੀ ਆ LCM FT HCF ਚੁੱਪ ਕਰਕੇ ਗੁਣਾ ਕਰ ਦੋ 8 48 ਕਰ ਦੋ ਇੱਕ ਸੰਖਿਆ ਆਪ ਨੂੰ ਪਤਾ ਉਹ ਵਟਾ ਲਾ ਲਓ ਠੀਕ ਹੈ 24 ਦੋਣਾ 48 8 ਦੋਣੀ 16 x ਦੀ ਵੈਲਿਊ ਕਿੰਨੀ ਆ ਗਈ 16 ਆ ਗਈ ਠੀਕ ਹੈ ਇੱਕ ਸੰਖਿਆ ਕਿੰਨੀ ਦਿੱਤੀ ਸੀ ਆਪ ਨੂੰ ਇਹਨਾਂ ਨੇ 24 ਦਿੱਤੀ ਸੀ ਦੂਜੀ ਆਪਾਂ 16 ਕੱਢ ਲਈ ਠੀਕ ਹੈ ਉਹ ਕੱਢੀ ਕਿਤੇ ਜੋ ਦੋਨੇ ਸੰਖਿਆਵਾਂ ਨਿਕਲਣਗੀ ਤੇ ਜੋ 8 ਤੇ 48 ਤੋਂ ਨਿਕਲੇ। ਬਸ ਜੇ ਤੁਹਾਨੂੰ ਇਹ ਪ੍ਰਸ਼ਨ ਆਜੇ ਦੋ ਸੰਖਿਆਵਾਂ ਦਾ HCF ਤੇ LCM ਦਿੱਤਾ ਹੋਵੇ। ਇਹਦਾ 8 ਦਿੱਤਾ, 1048 ਦਿੱਤਾ ਤੇ ਉਹਨਾਂ ਚ ਇੱਕ ਸੰਖਿਆ ਦਿੱਤੀ ਹੋਵੇ ਤੇ ਦੂਜੀ ਸੰਖਿਆ ਕੱਢਣੀ ਤਾਂ ਇਹਨਾਂ ਦੋਨਾਂ ਦੀ ਗੁਣਾ ਕਰ ਦੋ LCM ਦੇ HCF ਦੀ ਤੇ ਇਹਨੂੰ 24 ਜਿਹੜੀ ਵੀ ਸੰਖਿਆ ਦਿੱਤੀ ਉਹ ਤੇ ਵੰਡ ਦੋ ਦੂਸਰੀ ਸੰਖਿਆ ਆਜੂਗੀ। ਜੇ ਦੂਸਰੀ ਸੰਖਿਆ ਕੱਢਣੀ ਹੁੰਦੀ। ਜੇ ਪਹਿਲੀ ਸੰਖਿਆ ਪੁੱਛ ਲੈਣ ਦੂਸਰੀ ਸੰਖਿਆ ਦੇ ਦਿੰਦੇ ਫਿਰ ਆਪਾਂ 16 ਦੇ ਵੰਡਾਂ ਦੇ ਫਿਰ 24 ਆ ਜਾਂਦਾ ਆਪਣੇ ਕੋਲੇ। ਠੀਕ ਐ। ਇਸ ਤੋਂ ਬਾਅਦ ਅਗਰ ਅਪਰੀਚ ਵੀ ਤੁਹਾਨੂੰ ਸੇਮ ਟੂ ਸੇਮ ਜੇ ਆਪ ਨੂੰ ਕਿਤੇ ਮਿਲ ਗਿਆ ਲਿਖਿਆ ਦੋ ਸੰਖਿਆਵਾਂ ਦੇ ਵਿੱਚੋਂ ਇੱਕ ਦਾ ਐਚਸੀਐਫ 11 ਹੈ ਤੇ ਐਲਸੀਐਮ 7700 ਹੈ ਇਹਨਾਂ ਚ ਇੱਕ ਸੰਖਿਆ ਆਪ ਨੂੰ ਦਿੱਤੀ ਹੋਈ ਹੈ ਦੂਜੀ ਸੰਖਿਆ ਪਤਾ ਕਰਨੀ ਉਵੇਂ ਜਿਵੇਂ ਤੇ ਦੂਜੀ ਸੰਖਿਆ ਦਿੱਤੀ ਹੁੰਦੀ ਉਹਦਾ ਐਜ਼ ਇਟ ਥੱਲੇ ਰੱਖ ਲਿਆ ਕਰੋ ਤਾਂ ਹਰੀ ਦੇ ਆਪਾਂ ਦੱਸਿਆ ਤੁਹਾਨੂੰ ਕਿ ਗੁਣਾ ਕਰ ਦੋ ਬੰਦੇ ਆਂਕੋ ਠੀਕ ਹੈ 7700 ਉਹਨਾਂ ਨੂੰ ਕੱਟ ਦੋ ਤੁਸੀਂ ਠੀਕ ਹੈ ਜੇ ਤੁਸੀਂ ਕੱਟੋਗੇ ਇਹਦਾ ਆਨਸਰ ਤੁਹਾਡੇ ਕੋਲ ਆਟੋਮੈਟਿਕਲੀ ਡੀ ਆ ਜਾਊਗਾ ਠੀਕ ਹੈ ਕੋਈ ਅੱਜ ਤਾਂ ਮਹਾਪ੍ਰਸ਼ਨ ਕੱਟਣਾ ਵੀ ਨਹੀਂ ਹੁੰਦਾ ਹੁਣ 7700 ਗੁਣਾ 11/275 ਦੇਖੋ ਇਹ 5 ਦੇ ਬਾਹਰ ਤੇ ਜਾਊਗਾ 750 ਨੂੰ ਪਹਿਲਾਂ 5 ਤੇ ਵੰਡੋ 5 ਦੇ ਵੰਡੋ ਤੁਸੀਂ 750 ਨੂੰ 1 5 ਆ 5 ਆ 5ਉ 5ੀ 1 5 ਆ 5 5ਉ 5ੀ 25 5 ਚੋਕਾ 20 ਇਹ ਗਿਆ ਜੀ 1540 ਤੇ ਜੇ ਆਪਾਂ 5 ਨਾਲ ਗੁਣਾ ਕਰਾਂਗੇ 750 ਆ ਜਾਊਗਾ ਇਹਦੇ 275 ਨੂੰ 5 ਦੇ ਵੰਡਾਂ ਦੰਦੇ ਆ ਠੀਕ ਆ 5ਉ 5ੀ 25 57 55 ਇਹ ਜਾਊਗਾ 57 ਤੇ ਠੀਕ ਹੈ ਜੀ ਇਹ ਜਾਊਗਾ 57 ਤੇ बस ਮੁੜ ਕੇ ਕੀ ਕਰੋ ਤੁਸੀਂ 140 ਦੇ 11 ਨਾਲ ਗੁਣਾ ਕਰਕੇ ਨੂੰ 57 ਦੇ ਭਾਗ ਕਰ ਦੋ ਆਪਣੇ ਕੋਲੇ ਆਨਸਰ ਪਹੁੰਚ ਜੂਗਾ ਠੀਕ ਹੈ ਇਸ ਤੋਂ ਬਾਅਦ ਅਗਲਾ ਆ ਗਿਆ ਆਪਣੇ ਕੋਲੇ ਅਗਲੇ ਸਵਾਲ ਦਾ ਵੀ ਸੇਮ ਟੂ ਸੇਮ ਫਾਰਮੂਲਾ ਹੀ ਹੈਗਾ ਓਕੇ ਜੀ ਕੁਝ ਨਹੀਂ ਕਰਨਾ ਦੇ ਵਿੱਚ ਤੁਸੀਂ ਉਹੀ ਚੀਜ਼ ਹੈ ਵਾ ਸੇਮ ਟੂ ਸੇਮ ਕਹਿੰਦੇ 12 ਦੇ ਦੋ ਗੁਣਜ ਦਿੱਤੇ ਆਪਾਂ ਨੂੰ ਠੀਕ ਹੈ 12 ਦੇ ਦੋ ਗੁਣਜ ਦਾ ਐਲਸੀਐਮ ਕਿੰਨਾਗਾ 1056ਗਾ ਕਿਦੇ ਗੁਣ ਜਾਂਦਾ 12 ਦੇ ਗੁਣ ਜਾਂਦਾ ਤੇ ਆਪਾਂ ਕੀ ਪਤਾ ਕਰਨਾ ਉਹਨਾਂ ਦੇ ਕਿਸਾਂ ਕਿਨੇ ਦੂਜੀ ਸੰਖਿਆ ਪਤਾ ਕਰੋ ਜਿਹੇ ਜੀ ਚੀਜ਼ ਆ ਜਿਹਦਾ 12 ਦੇ ਗੁਣਜ ਜਿਹਦਾ ਆਪ ਨੂੰ ਇੱਕ ਬੁੱਧੂ ਬਣਾਉਣ ਵਾਸਤੇ ਦਿੱਤੇ ਹੁੰਦੇ ਨੇ ਕਿ 12 ਦੇ ਗੁਣਜ ਨਾਲ ਐਲਸੀਐਮ ਇੰਨਾ ਇੰਨਾ ਕੁਝ ਨਹੀਂ ਕਰਨਾ ਉਹੀ ਤਰੀਕਾ ਸੇਮ ਟੂ ਸੇਮ ਇੱਕ 1056 ਨੂੰ 132 ਦੇ ਮੰਨ ਲਓ ਕਿੰਨਾ ਆ ਗਿਆ ਆਪਣੇ ਕੋਲੇ ਜੇ ਦੋ ਆਪ ਨੂੰ ਵੰਡਾਂਗੇ ਆਪਣੇ ਕੋਲ ਕਿੰਨਾ ਆ ਜਾਊਗਾ 132 132 8 ਤੇ ਮੰਨ ਲਿਓ ਐਕਸ 3 ਵੈਲਿਊ ਕਿੰਨੀ ਆਗੀ 8 ਆਗੀ ਹੁਣ 12 ਦਾ ਗੁਣਜ ਪਤਾ ਕਰਨਾ 12 ਦਾ ਇੱਕ ਗੁਣਜ ਇਹਨਾਂ ਨੇ ਆਪਾਂ ਨੂੰ ਦਿੱਤਾ ਸੀ ਠੀਕ ਹੈ 1056 ਦੂਸਰਾ ਗੁਣਜ ਕਿਵੇਂ ਆਊਗਾ ਜਿਹੜੀ ਆ ਅੱਠ ਸੰਖਿਆ ਆ ਗਈ ਅੱਠ ਨੂੰ 12 ਨਾਲ ਗੁਣਾ ਕਰ ਦੋ ਠੀਕ ਹੈ ਧਿਆਨ ਨਾਲ ਸਮਝੋ ਬੱਚਿਓ ਕੀ ਕਹਿ ਰਿਹਾ ਸੀ ਸਵਾਲ 12 ਦੇ ਦੋ ਗੁਣਜਾਂ ਦਾ ਐਲਸੀਐਮ 12 ਦੇ ਦੋ ਗੁਣਜ ਦੇ ਦਿੱਤੇ ਵਿੱਚ ਉਹਨਾਂ ਨੇ ਆਪਾਂ ਨੂੰ 12 ਦੇ ਦੋ ਗੁਣਜਾਂ ਦਾ ਐਲਸੀਐਮ ਕਰਕੇ ਦਿੱਤਾ ਆਪਾਂ ਨੂੰ ਉਹਨਾਂ ਨੇ ਠੀਕ ਹੈ ਇੰਨਾ ਦਿੱਤਾ 1056 ਦੋ ਗੁਣਜਾਂ ਦਾ ਆਪ ਨੂੰ ਪਤਾ ਨਹੀਂ ਉਹ ਦੋ ਗੁਣਜ ਕਿਹੜੇ ਆ ਪਰ ਉਹਨੇ ਇੱਕ ਗੱਲ ਦੱਸਤੀ ਜਿਹੜੇ 12 ਦੇ ਦੋ ਗੁਣਜ ਸੀ ਬੱਚੋ ਉਹਨਾਂ ਚੋਂ ਇੱਕਲੀ ਸੰਖਿਆ ਕਿੰਨੀ ਸੀ 32 ਸੀ ਉਹਨਾਂ ਦੇ ਵਿੱਚੋਂ ਇੱਕਲੀ ਸੰਖਿਆ ਬਸ ਇੱਥੇ ਹੀ ਆਪਾਂ ਗੱਲ ਫੜ ਲਈ ਕਿ ਜੇ ਇੱਕ 32 ਸੀ ਸੰਖਿਆ ਦੋ ਸੰਖਿਆ ਤਾਂ ਉਹ ਦਈ ਬੈਠਾ ਆਪਾਂ ਨੂੰ ਜਦੋਂ ਆਪਾਂ ਕੱਟਾਂਗੇ ਤਾਂ ਆਪਣੇ ਕੋਲ ਕਿੰਨਾ ਆਜੂਗਾ ਕੱਟ ਕੇ ਇਹ ਆਜੂਗਾ ਆਪਣੇ ਕੋਲ 8 ਕਿ ਇੱਕ ਸੰਖਿਆ 8 ਸੀ ਤੇ ਇੱਕ ਸੰਖਿਆ 132 ਸੀ ਕੱਢ ਲਈ ਹੁਣ ਆਪਾਂ ਦੋ ਚੀਜ਼ਾਂ ਠੀਕ ਹੈ ਹੁਣ ਆਪਾਂ ਇਹ ਪਤਾ ਕਰਨਗੇ ਇਹ ਜਿਹੜਾ ਦੂਸਰਾ ਗੁਣਜ ਸੀ ਕਿੰਨਾ ਸੀ ਬਾਰਾਂ ਗਿਣਾ ਗੁਣਾ ਕਰ ਦੋ 96 ਅਨਸਰ ਆ ਜਾਊਗਾ ਠੀਕ ਹੈ ਇਹ ਤੁਹਾਨੂੰ ਪ੍ਰੈਕਟਿਸ ਨਾਲ ਨਿਕਲ ਲੰਗੇ ਜੇ ਤੁਹਾਨੂੰ 100 ਦੇ ਵਿੱਚੋਂ 20% ਵੀ ਸਮਝ ਲੱਗੀ ਜਾਂਦੇ ਨਾ 100 ਦੇ ਵਿੱਚੋਂ 20% ਵੀ ਸਮਝ ਆਉ ਤੁਹਾਡਾ ਮੈਥ ਬਹੁਤ ਵਧੀਆ ਜਾਦਿਆ ਹੈ ਇਸ ਤੋਂ ਬਾਅਦ ਅਗਲਾ ਆ ਗਿਆ ਕੀ ਕਹਿੰਦਾ ਇਹ ਚ ਦੋ ਸੰਖਿਆਵਾਂ ਦਾ ਅਨੁਪਾਤ 3/4 ਦੇ ਅਨੁਪਾਤ ਦੇ ਵਿੱਚ ਹੈ ਤੈਨੂੰ ਤੁਸੀਂ 30000 ਵੀ ਮੰਨ ਸਕਦੇ ਹੋ ਤੈਨੂੰ ਤੁਸੀਂ 300 ਵੀ ਮੰਨ ਲੈਣਾ ਤੈਨੂੰ ਤੁਸੀਂ 300 ਰੁਪਏ ਵੀ ਮੰਨ ਸਕਦੇ ਹੋ ਠੀਕ ਹੈ ਜੀ ਇਹ ਮਤਲਬ ਹੁੰਦਾ ਇਹਦਾ ਦੇਖੋ ਇਹ ਕੀ ਕਹਿੰਦਾ ਦੋ ਸੰਖਿਆਵਾਂ ਇੰਨੇ ਅਨੁਪਾਤ ਦੇ ਵਿੱਚ ਹੈ ਤੇ ਇਹਨਾਂ ਦਾ ਐਲਸੀਐਮ ਇਹਨਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ ਦੇਖੋ ਦੋ ਸੰਖਿਆਵਾਂ ਦੇ ਦਿੱਤੀਆਂ ਇਹ ਐਂ ਜਿਵੇਂ ਕਿ ਇਹਨਾਂ ਦੀ ਬਦਤ ਐਂ ਦਿੱਤੇ ਕਿ ਇੱਕ ਨੂੰ 3 ਹਿੱਸੇ ਦਿੱਤੇ ਤੇ ਇੱਕ ਨੂੰ 4 ਹਿੱਸੇ ਦਿੱਤੇ ਆ ਦੋਨਾਂ ਦੇ ਅਨੁਪਾਤ 3 ਹਿੱਸੇ ਦਿੱਤੇ ਤੇ ਇੱਕ ਨੂੰ 4 ਹਿੱਸੇ ਦਿੱਤੇ ਦੋਨਾਂ ਦਾ ਅਨੁਪਾਤ ਦੇ ਵਿੱਚ ਚੀਜ਼ ਬਣਦੀ ਇਸ ਤੋਂ ਵੱਡੇ ਨਾਲ ਐਲਸੀਐਮ ਜਦੋਂ ਲਗਉਂ ਤਮੋ 84 ਆ ਰਹੇ ਹੈ ਇਹਨਾਂ ਚੋਂ ਵੱਡੀ ਸੰਖਿਆ ਕਿਹੜੀ ਹੈ ਦੇਖੋ ਜਿਹੜੀ ਚੀਜ਼ ਆ ਜੇ ਨਾ ਇਹਦੇ ਨਾਲ ਮਲਟੀਪਲ ਲਾ ਲਈਦੇ ਹੁੰਦੇ ਹਮੇਸ਼ਾ ਤੇ ਨਾਲ ਇਹਨਾਂ ਨੂੰ =84 ਇਹੀ ਕਹਿਣਾ ਚਾਹੁੰਦਾ ਉਹ ਦੋ ਸੰਖਿਆਵਾਂ ਦਾ ਹਣਪਾ ਤੇ ਨ ਦੇ ਨਾ ਐਲਸੀਐਮ ਹੈ ਐਲਸੀਐਮ ਗੁਣਾ ਹੀ ਹੁੰਦਾਗਾ ਇਹਨਾਂ ਦਾ ਐਲਸੀਐਮ ਕਿੰਨਾ ਬੱਚੋ ਕੀ ਕਹਿ ਰਹੇ ਆ ਇਹ 84 ਹੈ ਐਲਸੀਐਮ ਹੁਣ 4 3 ਕਿੰਨਾ ਹੋ ਗਿਆ 4 3 12 ਠੀਕ ਹੈ 4 3 ਕਿੰਨਾ ਹੋ ਗਿਆ 12 ਹੋ ਗਿਆ ਤੇ ਜਦੋਂ 12 ਹੋ ਗਿਆ 4 3 ਇੱਧਰ ਰੱਖ ਕੇ 84 ਠੀਕ ਹੈ ਅੱਧੇ ਬੱਚੇ ਕਹਿੰਦੇ ਕਿ ਇਹ ਐਸ ਇ ਸਕੁਅਰ ਆਊਗਾ ਬੱਚੋ ਐਕਸ ਇ ਸਕੁਅਰ ਨਹੀਂ ਆਊਗਾ ਇਹ ਸਿੱਧੇ ਡਾਇਰੈਕਟ ਹੀ ਆ ਜਾਂਦਾ ਹੁੰਦਾ ਹੁਣ ਬਾਤ ਵਾਲੀ ਚ ਬਾਹਰੇ 8 ਕਿੰਨੇ ਹੁੰਦੇ ਆ ਬਾਹਰੇ 7 7 ਚ ਬਾਹਰੇ 7 84 ਹੋ ਗਿਆ ਤੇ ਐਕਸ ਦੀ ਵੈਲਿਊ ਕਿੰਨੀ ਆ ਗਈ ਬੱਚਿਓ ਆਪਣੇ ਕੋਲੇ 7 ਆ ਗਈ ਐਕਸ ਦੀ ਵੈਲਿਊ ਓਕੇ ਜੀ ਐਕਸ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 7 ਆ ਗਈ ਜੇ ਤੁਸੀਂ ਬੱਚੇ ਬੱਚੇ ਕਹਿੰਦੇ ਕਿ ਸਰ ਸਕੁਅਰ ਵੀ ਲਾਉਣਾ ਆਪਾਂ ਸਕੁਅਰ ਵੀ ਲਾ ਲੰਨੇ ਆ ਫਿਰ ਕੀ ਫਰਕ ਪੈਣਾ ਸੀ ਜੇ ਸਕਿਆ ਤਾਂ ਫਰਕ ਪੈਂਦਾ ਫਿਰ ਥੋੜਾ ਜਿਹਾ ਸਵਾਲ ਡੀਪਲੀ ਵਗ ਜਾਂਦਾ ਪਰ ਆਪਾਂ ਡੀਪਲੀ ਨਹੀਂ ਜਾਣਾ ਇੰਨਾ ਠੀਕ ਹੈ ਬਸ ਇਹੀ ਤਰੀਕਾ ਹੁੰਦਾ ਜੇ ਐਲਸੀਐਮ ਵਾਲੇ ਦੇ ਵਿੱਚ ਐਡਾ ਸਕੁਆਇਰ ਸਕੂਟ ਚੱਕ ਨਹੀਂ ਪੰਦਾ ਹੁੰਦਾ ਕੋਈ ਬਸ ਸਿੱਧਾ 4 3 12 ਕਰ ਦੋ 12 ਨੂੰ 84 ਵੰਡ ਐਕਸ ਦੀ ਵੈਲਿਊ ਸੱਤਾ ਆ ਗਈ ਹੁਣ ਆਪਾਂ ਵੱਡੀ ਸੰਖਿਆ ਲਿਖਣੇ ਚ ਕਿਹੜੀ ਹੈ ਕਿਹੜੇ ਕਿਹੜੇ ਅਨੁਪਾਤ ਸੀ ਆਪਣੇ ਕੋਲ ਇੱਕ ਤਾਂ ਅਨੁਪਾਤ ਐਕਸ ਸੀ ਇੱਕ 7 ਅਨੁਪਾਤ ਐਕਸ ਸੀ ਐਕਸ ਦੀ ਵੈਲਿਊ ਇਹਨਾਂ ਦੇ ਵਿੱਚ ਬੱਚੋ ਪੁੱਟ ਕਰ ਦੋ 7 ਦੀ ਜਿਹੜੀ ਵੈਲਿਊ ਆ ਗਈ 3 7 ਤੇ 7 7 ਨਹੀਂ ਤਾਂ 3 ਐਕਸ ਤਾਂ ਇਹਨਾਂ ਕਰ ਤਾਂ ਨੈਕਸ ਹੈ 1 7 1 4x ਇੰਨੇ ਵਿੱਚ ਕਿਹੜੀ ਬੈਲ ਨੂੰ ਪੁੱਟ ਕਰਨੀ ਜਿਹੜੀ x ਦੀ ਵੈਲਿਊ ਆਈ ਹੈ 3 7 ਤੇ 4 7 21 1 28 ਤੇ ਉਹਨਾਂ ਚੋਂ ਵੱਡੀ ਕਿਹੜੀ ਹੈ ਆ ਗਈ ਜੀ ਛੋਟੀ ਪੁੱਛਣਾ ਤੇ 21 ਆ ਜਾਂਦਾ ਠੀਕ ਹੈ ਤਾਂ ਆ ਗਿਆ ਅਨਸਰ ਕੁਝ ਨਹੀਂ ਕਰਨਾ ਸੀ ਇਹਨਾਂ ਤੇ ਆਪਸ ਦੀ ਗੁਣਾ ਕਰ ਦੇਣੀ ਸੀ ਤੇ ਉਹਨੂੰ ਵੰਡ ਕੇ x ਦੀ ਵੈਲਿਊ ਕੱਢ ਲੈਣੀ ਸੀ ਠੀਕ ਹੈ ਇਸ ਤੋਂ ਅਗਲਾ ਵੀ ਸੇਮ ਟੂ ਸੇਮ ਸਵਾਲ ਹੈ ਇਹ ਪ੍ਰੀਸ਼ਰ ਦੇ ਇਹ ਪੇਪਰ ਦੇ ਵਿੱਚ ਪਤਾ ਕਿਉਂ ਪੁੱਛਿਆ ਜਾਂਦਾ ਕਿ ਕੀ ਪਿਆਰ ਹੈ ਨਾ ਪੇਪਰ ਵਾਲੇ ਨਾਲ ਇਹ ਪ੍ਰੀਸ਼ਰ ਪੱਕਾ ਪੁੱਛਦੇ ਆ ਪੇਪਰ ਵਾਲੇ ਇਹ ਕਿਹਨੇ 29 ਸੇ ਵੱਡੀ ਦੋ ਸੰਖਿਆਵਾਂ ਦਾ ਐਚ ਸੀ ਐਫ ਕਹਿੰਦੇ 29 ਹੈ ਐਚ ਸੀ ਐਫ 29 ਹੈ ਤੇ ਐਲ ਸੀ ਐਮ ਇਹਨਾਂ ਦੇਤਾ ਉਹਨਾਂ ਨੇ ਆਪਾਂ ਨੂੰ ਠੀਕ ਹੈ ਕਹਿੰਦੇ ਹੁਣ ਇਹ ਦੱਸੋ ਕਿੰਨਾ ਆਊਗਾ ਆਨਸਰ ਇਹਦਾ ਇਹਦਾ ਆਨਸਰ ਕਹਿੰਦੇ ਕਿੰਨਾ ਆਊਗਾ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਕਹਿੰਦਾ 29 ਸੇ ਵੱਡੀ ਦੋ ਸਖਿਆਵਾਂ ਹੈ ਤਾਂ ਉਹਨਾਂ ਜੋੜ ਪੜਾ ਕਹਿੰਦਾ 29 ਤੋਂ ਵੱਡੀਆਂ ਦੋ ਸਖਿਆਵਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਇੱਕ ਤਾਂ 29 ਦੀ 29 ਨੂੰ a ਮੰਨ ਲਓ ਇੱਕ ਮੰਨ ਲਓ 29 ਨੂੰ b ਇਹ ਰੱਟੇ ਲਾ ਲਓ ਇਹ ਸਵਾਲ ਦਾ ਤਾਂ ਬਸ ਇਹੀ ਗੱਲ ਹੈ ਇਸ ਤੋਂ ਬਾਅਦ ਇੱਕ ਦਾ ਕਿੰਨਾ ਦਿੱਤਾ 29 ਦਿੱਤਾ ਆਪਾਂ ਨੂੰ ਇੱਕ ਦਾ ਕਿੰਨਾ ਦਿੱਤਾ ਬੱਚੋ ਇੱਕ ਦਾ ਦਿੱਤਾ ਇਹਨਾਂ ਨੇ ਆਪਾਂ ਨੂੰ 4147 ਓਕੇ ਜੀ ਇੱਕ ਦਾ ਆਪਾਂ ਨੂੰ ਦਿੱਤਾ ਉਹਨਾਂ ਨੇ ਇਹ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਪਤਾ ਕਰਨਾ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਕੀ ਹੈ ਸੰਖਿਆ ਦਾ ਜੋੜ ਕਿੰਨਾ ਆਪਸ ਦੇ ਵਿੱਚ ਆਪਾਂ ਇਹ ਚੀਜ਼ ਪਤਾ ਕਰਨੀ ਹੈ ਠੀਕ ਹੈ ਜੋੜ ਪਤਾ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਵੰਡਣਾ ਪਊਗਾ ਠੀਕ ਹੈ ਬਟਾ ਡਾਪ ਹੋ ਗਿਆ ਇੱਥੇ ਗੁਣਾ ਲਾਓ ਗੁਣਾ ਕਰਨੀ ਆਸਦੇ ਵਿੱਚ ਕਿਉਂਕਿ ਗੁਣਾ ਤੋਂ ਅਰਸ ਨਿਕਲੂਗਾ ਦੋ ਸੰਖਿਆਵਾਂ 29 ਸੇ ਵੱਡੀ ਦੋ ਸੰਖਿਆਵਾਂ 29 ਦੀ ਇੱਕ ਸੰਖਿਆ ਸਮਝ ਲਈਏ ਇੱਕ 29 ਸਾਂਖਿਆ ਵੱਡੀ ਹੈ ਐਚ ਸੀ ਐਫ ਤੇ ਐਲ ਸੀ ਐਮ ਇਸ ਨੂੰ ਪਤਾ ਕਿ ਆਸਦੇ ਵਿੱਚ ਜਦੋਂ ਗੁਣੀ ਕਰਦੇ ਹੁੰਦੇ ਆ ਠੀਕ ਹੈ ਜੀ ਇਥੋੜੀ ਕਰ ਆਪਾਂ ਕੱਢ ਲਿਆ ਸਾਰਾ ਸੋ ਇਥੋੜੀ ਇੱਕ ਸਵਾਲ ਨਿਕਲ ਗਿਆ ਦੇਖੋ ਆਪਣਾ ਹੁਣ ਆਪਾਂ ਕੀ ਕਰਨਾ ਆਪਾਂ ਆ ਵੈਲਿਊ ਬੱਚੋ ਪਤਾ ਕਰਨੀ ਹੈ ਆ ਵੈਲਿਊ ਪਤਾ ਕਰਕੇ ਨਾ ਜੋ ਕਰਨਾ ਹੈ ਠੀਕ ਹੈ a ਤੇ b ਦੀ ਵੈਲਿਊ ਕਿਤੋਂ ਨਿਕਲੂਗੀ ਸਿਰਫ 29 ਤੋਂ ਨਿਕਲੂਗੀ ਤਾਂ ਆਪਾਂ ਕੀ ਕਰੋ ਐਚ ਸੀ ਐਫ ਵਟਾ ਐਲ ਠੀਕ ਹੈ 4147 ਨੂੰ ਆਪਾਂ 23 ਤੇ ਕੀ ਕਰਦੇ ਆ ਵੰਡ ਦੰਦੇ ਆ ਜੇ ਆਪਾਂ 4147 ਨੂੰ 23 ਦੇ ਵੰਡਿਆ ਤਾਂ ਕੱਟ ਕੇ ਇਹ ਬੱਚੋ ਆਨਸਰ ਆ ਜਾਊਗਾ ਆਪਣੇ ਕੋਲੇ 1 ਮਿੰਟ ਕੱਟ ਕਿੰਨਾ ਆ ਜਾਊਗਾ 23 1 23 23 ਉਹ ਰਿਜਲ ਆ ਗਿਆ 1 23 23 23 ਦੇ ਵਿੱਚੋਂ 12 12 124 ਬਾਕੀ ਚੋਂ ਕ 143 ਇਹ ਆ ਗਿਆ ਆਪਣੇ ਕੋਲ 143 ਠੀਕ ਹੈ 143 ਬਿਲੂ ਆ ਗਿਆ ਆਪਣੇ ਕੋਲੇ ਹੁਣ ਆਪਾਂ ਉਹ 29a ਤੇ 29b ਦੇ ਵਿੱਚ ਪੁੱਟ ਕਰਨੇ ਆ। ਹੁਣ 143 ਦੇ ਟੁਟੇ ਬਣਾ ਲਓ। ਕਿਹੜੇ ਕਿਹੜੇ ਟੁਟੇ ਬਣਨਗੇ? 11 11 121 13 ਦੀ ਜੇ ਅਪਾ 11 ਨਾਲ ਗੁਣਾ ਕਰਦੇ ਆ ਤਾਂ ਕਿੰਨਾ ਆਜੂ ਆਪਣੇ ਕੋਲੇ? 143 ਆਜੂ। ਇਹਦੇ ਬਾਅਦ ਤੁਹਾਨੂੰ ਪਹਾਰੇ ਉਹਨੇ ਜ਼ਰੂਰੀ ਐ। ਤਾਂ ਉਹਦੇ ਵਿੱਚ 1 ਦੀ ਵੈਲਿਊ a ਪੁੱਟ ਕਰ ਦਿਓ, 1 ਦੀ ਵੈਲਿਊ b ਪੁੱਟ ਕਰ ਦਿਓ। 29 ਗੁਣਾ 13 ਕਰ ਦਿਓ ਤੇ ਦੂਵਾਰ 29 ਗੁਣਾ 11 ਕਰ ਦਿਓ। a ਤੇ b ਦੀ ਵੈਲਿਊ ਪੁੱਟੋ ਕਰ ਦਨੇ ਆਪਾਂ। ਤੇ ਇਹ ਕਿੰਨਾ ਆਜੂਗਾ ਆਪਣੇ ਕੋਲੇ? 29 ਦੇ 13 ਨਾਲ ਕਰ ਦੋ ਕਿੰਨੀ ਗੁਣਾ ਕੀ? 93 276 7 8 9 2 ਇਹ ਬਣ ਗਿਆ 377 ਪਲੱਸ 29 ਦੀ 11 ਨਾ ਕਰ ਦਨੇ ਆਪਾਂ 311 ਕੀਤੀ 9 2 9 2 9 10 11 2 3 3 ਠੀਕ ਹੈ ਇਹ ਬਣ ਗਿਆ 319 ਠੀਕ ਹੈ 377 ਦੇ ਜੋ 319 ਨਾਲ ਅਸੀਂ ਵਿੱਚ ਜੋੜਾਂਗੇ ਇਹ ਬਣ ਜਾਣਗੇ 9 ਦੇ 10 6 6 ਗ੍ਰਿ ਨਹੀਂ ਮਗਰ ਆਉਂਦਾ 3 ਦੇ ਮਗਰ ਆਈ ਜਾਂਦਾ 6 ਤੇ ਆ ਕੇ ਇੱਧਰ ਬਣ ਗਿਆ 609 ਆ ਗਿਆ 96 ਕੀ ਦੀ ਮਗਰ ਆਈ ਜਾਂਦਾ 96 ਆਈ ਜਾਂਦਾ ਇਹਦੇ ਮਗਰ ਕਪਾਏ ਨਾ ਦੋਨਾਂ ਦਾ ਜੋੜ ਕਿੰਨਾ ਬਣ ਜੂ ਬੱਚੋ 96 ਬਣ ਜੂਗਾ ਦੁਬਾਰੇ ਫੇਰ ਸਮਝੋਣ ਲਈ ਇਹ ਸਵਾਲ ਮੈਂ 29 ਸੇ ਬੜੀ ਦੋ ਸਖਿਆਵਾਂ ਦਿੱਤੀ ਆਪਾਂ ਨੂੰ ਇੱਕ ਤਾਂ a ਮੰਨ ਲਓ ਇੱਕ ਮੰਨ ਲਓ b ਕਿਹਨਾਂ 29 ਸੇ ਬੜੀ ਦੋ ਸਖਿਆਵਾਂ ਦਾ hcf 29 ਦਿੱਤਾ ਤੇ lcm ਇਹਨਾਂ ਦਿੱਤਾ hcf ਇਹਨਾਂ ਦਿੱਤਾ lcm ਇਹਨਾਂ ਦਿੱਤਾ ਆਪਾਂ ਕੱਢਣੀ ਆ ਸਾਂਖਿਆ ਆ ਸਾਂਖਿਆ ਕੱਢਣ ਵਾਸਤੇ ਆਪਾਂ ਕੀ ਕਰਦੇ ਆ ਇਹਨੂੰ ਹੋਮ ਜਿਵੇਂ ਰੱਖ ਲਓ 4147 29 ਕਰ ਦੋ ਕਿਉਂਕਿ ਹੋਰ ਤਾਂ ਚੀਜ਼ ਨਹੀਂ ਕੋਈ ਆਪਣੇ ਕੋਲ ਬਚੀ ਨਹੀਂ ਕੱਢਣ ਵਾਸਤੇ ਤਾਂ ਜਿਹੜਾ ਤਾਂ 143 ਆ ਗਿਆ ਇਸੇ ਟੋਟੇ ਬਣਾਉਣਾ ਇੱਕ ਤਾਂ a ਟੋਟਾ ਬਣਾਉਣਾ ਲਿਖ ਦੋ ਕਿ ਗੁਣਾ ਕਰ ਠੀਕ ਹੈ ਕੜਤਾ ਭਾਈ ਵੀ ਡੈਟਾ ਵੀ ਨਿਕਲ ਜਾਂਦਾ ਜੇ ਆਪਾਂ 4147 ਨੂੰ 29 ਨਾਲ ਗੁਣਾ ਕਰ ਦੰਦੇ ਜਿਹੜਾ ਸੰਖਿਆ ਆ ਜਾਂਦੀ ਉਹਦੇ ਆਪਾਂ ਟੋਟੇ ਬਣਾਉਣੇ ਪੈਂਦੇ ਉਹ ਟੋਟੇ ਬਾਹਲੇ ਵੱਡੇ ਬਗ ਜਾਂਦੇ ਤਾਂ ਕਰਕੇ ਆਪਾਂ ਨੂੰ ਆਪਸ ਦੇ ਵਿੱਚ ਵੰਡ ਹੀ ਦਿੱਤਾ ਠੀਕ ਹੈ 143 ਦੋ ਟੋਟੇ ਇਹ ਜੀ ਕਿਹੜੀ ਦੇਖੋ 23 a 29 b ਠੀਕ ਹੈ ਆਪਾਂ a ਤੇ b ਦੀ ਕੀ ਗੁਣਾ ਕਰੀਏ ਕਿ ਆਪਣੇ ਕੋਲ 4300 ਆ ਜਾਏ 143 ਆ ਜਾਂ ਤਾਂ ਕਰਕੇ ਆਪਾਂ ਇਹਦੇ ਟੋਟੇ ਬਣਾ ਲੈ ਤੋ ਠੀਕ ਹੈ ਇਸ ਹਵਾਲ ਬੱਚੋਂ ਥੋੜੇ ਦਿਮਾਗ ਨਾਲ ਸਮਝਨੇ ਪੈਣਗੇ ਬਹੁਤ ਥੋੜਾ ਜਿਹੜੇ ਬੱਚਿਆਂ ਦਾ ਪਹਿਲੀ ਵਾਰ ਬਾਹ ਪੈਣਾ ਉਹਨੂੰ ਥੋੜੀ ਮੁਸ਼ਕਲ ਆਊਗੀ ਜਿਹੜੇ ਬੱਚਿਆਂ ਦੇ ਪਹਿਲਾਂ ਤੋਂ ਪ੍ਰੈਕਟਿਸ ਕਰ ਰਹੇ ਆ ਉਹਨਾਂ ਵਾਸਤੇ ਸਵਾਲ ਆਇਆ ਸਮਝ ਲਓ ਕਹਿਣਗੇ ਫਿਰ ਲੈਵਲ ਥੋੜਾ ਹੋਰ ਹਾਈ ਕਰੋ ਇਹ ਦੁਬਾਰਾ ਫੇਰ ਆ ਗਿਆ ਇਹ ਕੀ ਆ ਗਿਆ ਕਿ ਦੋ ਸੰਖਿਆਵਾਂ ਦਾ ਜੋੜ ਦੇਤਾ ਬੱਚਿਓ ਆਪਾਂ ਨੂੰ ਕੀ ਤੇ ਕਰਤਾ ਦੋ ਸੰਖਿਆਵਾਂ ਦਾ ਜੋੜ ਦੇਤਾ ਕਿੰਨਾ ਦੇਤਾ ਜੋੜ 36 ਠੀਕ ਹੈ ਜੀ ਇਸ ਵਾਰ ਕਿਵੇਂ ਨਿਕਲੂ ਦੋ ਸੰਖਿਆਵਾਂ ਦਾ ਜੋੜ ਦਿੱਤਾ ਪ੍ਰਿਕਾ ਤਾਂ ਪਹਿਲੇ ਸਮਝੋ ਕਿ ਦੋ ਸੰਖਿਆਵਾਂ ਮੇ ਕਿਹੜੀਆਂ ਕਿਹੜੀਆਂ ਆਪ ਨੂੰ ਪਤਾ ਨਹੀਂ ਹੋ ਸਕਿਆ ਮੈਂ ਕਿਹੜੀਆਂ ਕਿਹੜੀਆਂ ਤਾਂ ਕਰਕੇ ਇਹਨਾਂ ਨੂੰ x ਮੰਨ ਲਓ ਤੇ ਇੱਕ ਨੂੰ 22 ਮੰਨ ਲਓ ਇੱਕ ਸੰਖਿਆ ਦਾ ਕੀ ਮੰਨ ਲਿਆ ਬੱਚੋ x ਮੰਨ ਲਿਆ ਇੱਕ ਸੰਖਿਆ ਨੂੰ ਕੀ ਮੰਨ ਲਿਆ ਵਾ 22 ਮੰਨ ਲਿਆ ਦੋ ਸੰਖਿਆਵਾਂ ਦਾ ਜੋੜ ਬੱਚੋ ਕਿੰਨਾਗਾ 36 ਆਪਣੇ ਕੋਲੇ ਹੁਣ ਆਪਾਂ ਜਿਹਨੂੰ ਕੱਢਦੇ ਹੁੰਦੇ ਆ ਤੁਹਾਨੂੰ ਪਤਾ ਹੈ ਕਿ ਆਪਾਂ ਐਲਸੀਐਮ ਲੈਣੇ ਹੁੰਦੇ ਜਿਹੜਾ ਐਲਸੀਐਮ ਕੀ ਲੈਣੇ ਹੁੰਦੇ ਆਪਾਂ ਜਿਹੜੋ ਦੋਨੇ ਪਹਾੜੇ ਇੱਕੋ ਜਿਹੇ ਹੁੰਦਾ ਉਹਨੂੰ ਆਪਾਂ ਸੇਮ ਟੂ ਸੇਮ ਉਵੇਂ ਤਾਰ ਲੈਣੇ ਹੁੰ x ਦੇ ਭਾਗ ਕਰਾਂਗੇ ਤਾਂ x ਨਾਲ x ਕੱਟੀ ਜੋ ਕਿੰਨਾ ਬਚ ਜੂ 22 ਬਚ ਜੂਗਾ 22 ਦੇ ਉੱਪਰ ਜਾ ਕੇ 22 ਦਾ ਗੁਣਾ ਕੀਤੀ ਕਿੰਨਾ ਰਹਿ ਗਿਆ ਆਪਣੇ ਕੋਲੇ ਇਕੱਲਾ 22 ਇਸ ਤੋਂ ਬਾਅਦ ਜੋ 22 ਦੇ ਨਾਲ ਗੁਣਾ ਕਰਾਂਗੇ 22 ਨਾਲ 22 ਕੱਟਿਆ ਜੋ ਜਿੰਨਾ ਕਰ ਕਿੰਨਾ ਰਹਿ ਜੋ x x ਜੋ ਤਾਂ ਹਰ ਇੱਕ ਨਾਲ ਗੁਣਾ ਕਰਾਂਗੇ ਆਪਾਂ ਇਹਦੇ ਨਾਲ ਤਾਂ x ਆਜੂ ਆਹ ਚੀਜ਼ ਬਣ ਗਈ ਬੱਚੋ ਆਪਣੇ ਕੋਲੇ ਸਾਰੀ ਹੁਣ ਬਸ ਇਹ ਚ ਵੈਲਿਊ ਪੁੱਟ ਕਰ ਦੋ ਕਿੰਨਾ ਦੋ ਸੰਖਿਆਵਾਂ ਦਾ ਜੋੜ ਕਿੰਨਾ ਆਹ ਦੋ ਸੰਖਿਆਵਾਂ ਵੰਗੀਆਂ ਆਪਣੇ ਕੋਲੇ ਇਹਦਾ ਜੋੜ ਕਿੰਨਾ 36 ਤੇ ਇਹਨਾਂ ਦੀ ਗੁਣਾ ਕਰ ਦੋ ਥੱਲੇ x ਦੇ y ਨੂੰ ਗੁਣਾ ਕਰ ਦੋ 3 105 ਠੀਕ ਹੈ ਫਿਰ ਇਹਨੂੰ ਆਪਸੇ ਵਿੱਚ ਕਟਾ ਦੋ ਕਟਾ ਕੇ ਕਿੰਨਾ ਆ ਜਾਊਗਾ 36/115 ਤੇ ਜਿਹੜੇ ਪਹਾੜੇ ਤੇ ਜਾਂਦੇ ਆ ਭਾਈ ਉਹਦੇ ਵੰਡ ਤੋਂ ਤੁਸੀ ਆਨਸਰ ਆ ਜਾਊਗਾ ਉਹ ਤੁਹਾਨੂੰ ਮੈਂ ਤੁਹਾਨੂੰ ਵੰਡ ਕੇ ਦਿਖਾ ਦਿੰਦਾ ਇਹ ਜਾਊਗਾ ਆ ਤੀ ਦੇ ਪਹਾੜੇ ਤੇ ਵਗ ਜਾਣਗੇ 1 3 3 1 2 12 12 3 36 ਠੀਕ ਹੈ 12 3 36 ਇਸ ਤੋਂ ਬਾਅਦ ਇਹ ਵਗ ਜਾਣਗੇ ਤੀ ਦੇ ਪਹਾੜੇ ਤੇ ਫਿਰ ਵਗ ਜਾਣਗੇ ਤੈਨੂੰ ਚੌਕੇ ਬਾੜਾ 30309 3515 35 ਠੀਕ ਹੈ 4 ਵਾ 35 ਬੱਚੇ ਦਾ ਅਨਸਰ ਆ ਗਿਆ ਦੇਖੋ ਦੋ ਸੰਖਿਆਵਾਂ ਦਿੱਤੀਆਂ ਸੀ ਜੋੜ ਦੇ ਦਿੱਤਾ ਸੀ ਆਪਾਂ ਪਹਿਲੀ x ਮੰਨ ਕੇ ਉਹ ਸਾਰਾ ਕੁਝ ਕੱਟ ਲਿਆ ਬਸ ਫਾਰਮੂਲੀ ਬਣ ਗਿਆ ਆਪਣੇ ਕੋਲ a to z ਇਸ ਵਾਰ ਬੱਚੇ ਤੂੰ ਦੋ ਤਿੰਨ ਵਾਰੀ ਕੱਢੋ ਫਿਰ ਸਮਝੋ ਇੱਕ ਸਵਾਲ ਕੱਟ ਮੈਥ ਦਾ ਰੂਲ ਇੱਕ ਸਵਾਲ ਕੱਟੋ ਘੱਟ ਚਾਰ ਵਾਰ ਕੱਢੋ ਜਿਹੜਾ ਆਪ ਨੂੰ ਨਹੀਂ ਸਮਝ ਆਉਂਦਾ ਓਕੇ ਇਸ ਤੋਂ ਬਾਅਦ ਆ ਕਿ ਤਿੰਨ ਅੰਕਾਂ ਵਾਲੀਆਂ ਦੋ ਸੰਖਿਆਵਾਂ ਦਾ ਐਚਸੀਐਫ ਤੰਨਾਂ ਕਾਂ ਵਾਲਿਆਂ ਕੋਈ ਆਪਾਂ ਨੂੰ ਨੇ ਦੋ ਸੰਖਿਆਵਾਂ ਦਿੱਤੀਆਂ ਬੱਚਿਓ ਉਹਨਾਂ ਦਾ ਕੀ ਪੁੱਛ ਲਿਆ ਉਹਨਾਂ ਨੇ ਆਪਾਂ ਤੋਂ ਐਚਸੀਐਫ ਪੁੱਛ ਲਿਆ ਇਹ ਉਹਨਾਂ ਦਾ ਪਤਾ ਆ ਨਾ ਕੱਢਣਾ ਸਵਾਲ ਇਹ ਨਾਲ ਦਾ ਸਵਾਲ ਆਪਾਂ ਪਹਿਲਾਂ ਕੱਢ ਕੇ ਗਏ ਆ ਜਿਹੜੇ ਬੱਚੇ ਦਾ ਹੈਗਾ ਹਿਸ਼ਾਰ ਉਹਨਾਂ ਦਾ ਮਿੰਟ ਦੀ ਕੱਢਤਾ ਹੋਊਗਾ ਸਵਾਲ ਠੀਕ ਹੈ ਜਿਹਨਾਂ ਸੰਬੰਧਨ ਮੈਥ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਨਲਾਇਕ ਮੈਥ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੁੰਦਾ ਨਲਾਇਕ ਜੇ ਆਪਾਂ ਕਹੀਏ ਫਲਾਣਾ ਬੰਦਾ ਨਲਾਇਕ ਆ ਮੈਥ ਦੇ ਵਿੱਚ ਮੈਥ ਦੇ ਵਿੱਚ ਕੋਈ ਨਲਾਇਕ ਨਹੀਂ ਹੁੰਦਾ ਫਰਕ ਕਿੱਥੇ ਪੈਂਦਾ ਹੁੰਦਾ ਪ੍ਰੈਕਟਿਸ ਤੇ ਇੱਕਦਾ ਬੱਚੇ ਨੂੰ ਸਵਾਲ ਆਇਆ ਨਹੀਂ ਉਹਨੂੰ ਉਸਵਾਲ ਚਾਰ ਵਾਰੀ ਕੱਢ ਕੇ ਦੇਖ ਲਿਆ ਪੰਜ ਵਾਰੀ ਕੱਢ ਕੇ ਕੱਢ ਛੇ ਵਾਰੀ ਕੱਢ ਕੇ ਦੇਖ ਲਿਆ ਇੱਕ ਨੋ ਬਦੰਦਰ ਨੂੰ ਇੱਕ ਵਾਰੀ ਕੱਢਿਆ ਉਹਨੂੰ ਆਇਆ ਨਹੀਂ ਤਾਂ ਉਹਨੇ ਸ਼ਰਤਾਣਾ ਕੋਈ ਕਰਨੀ ਕਿਹੜੇ ਪੇਪਰ ਚ ਆਊਗਾ ਅਗਲੇ ਤੇ ਚੱਲੋ ਠੀਕ ਹੈ ਕਿਉਂਕਿ ਨਾ ਮੈਥ ਨਾ ਮੈਥੀ ਕੀ ਕਿ ਕੜੀ ਇਹ ਗਾਂਹ ਨਹੀਂ ਗਾਂਹ ਕੜੀ ਕੜੀ ਨਾਲ ਜੁੜਦੀ ਜਾਂਦੀ ਆ ਸਮਝ ਗਈ ਗੱਲ ਇਹ ਨਹੀਂ ਪਤਾ ਜਿਹੜਾ ਇੱਕ ਤਾ ਤਰੀਕਾ ਉਹ ਅਗਲੀ ਕਾਇਦੇ ਵਿੱਚ ਲੱਗ ਜੇ ਤੇ ਅਗਲੀ ਕਾਇਦੇ ਵਾਲਾ ਤਰੀਕਾ ਇੱਥੇ ਲੱਗ ਜੇ ਇਹ ਚੀਜ਼ਾਂ ਮਾਨੂੰ ਸਮਝ ਨਹੀਂ ਰੋੜ ਹੁੰਦੀਆਂ ਬੱਚੋ ਠੀਕ ਹੈ ਨਾ ਦੇਖੋ ਇਸ ਸਵਾਲ ਤੁਹਾਨੂੰ ਮ ਤਨੰਨ ਕਾਵਾਂ ਦਾ ਦੋ ਸੰਖਿਆਵਾਂ ਦਾ ਐਚਸੀਐਫ 17 ਤੇ ਐਲਸੀਐਮ ਕਿੰਨਾ ਦਿੱਤਾ 714 ਇਹਨਾਂ ਜੋੜ ਪਤਾ ਕਰ ਜੋੜ ਪਤਾ ਕਰਨੇ ਹੁੰਦੇ ਆਪਾਂ ਉਹੀ ਚੀਜ਼ ਜਿਹੜੀ ਸੇਮ ਟੂ ਸੇਮ ਐਚਸੀਐਫ ਦੇ ਵਿੱਚ ਦਿੱਤੀ ਹੁੰਦੀ ਹੈ ਉਹ ਪਿਛਲੀ ਵਾਰ ਆਪਾਂ ਇਹ ਨਹੀਂ ਲਾਹੀ ਸੀ ਆਗੇ ਚੱਲੋ ਟੋਟੇ ਹੁਣ 714 17 ਕਰਤਾ ਸੀ ਬਾਅਦ ਵਿੱਚ ਆਪਾਂ ਕਹਿੰਦੇ ਸੀ ਕਿ ਆਪਾਂ a b ਦਾ ਟੋਟਾ ਕੱਢਣਾਗਾ ਤੇ ਆਪਾਂ ਇਹਨੂੰ 714 ਨੂੰ ਉਹਨੂੰ ਵੀ ਉਥੇ ਵੰਡਤਾ ਸੀ ਠੀਕ ਹੈ ਨਾ ਵੰਡ ਕੇ ਇਹ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ 42 ਆ ਗਿਆ ਦੂਸਤ ਮੈਂ ਤੁਹਾਨੂੰ ਕਿਵੇਂ ਸੀ ਟੋਟੇ ਬਣਾ ਲਵਾਂ ਤੇ ਇੱਕ ਬੰਦੇ ਜਾਂਦਾ ਹੁਣ 642 ਤੇ ਇਹ ਦੀ ਵੈਲਿਊ 6 ਲਾ ਲਓ ਜਾਂ ਇਹ ਦੀ 7 ਲਾ ਲਓ 1 ਲਾ ਲਓ ਮੁਰਗੇ 17 6 ਕਰ ਦੋ ਤੇ 17 7 ਕਰ ਦੋ ਤੇ ਬਾਅਦ ਚ ਆਸ ਤੇ ਜੋੜ ਦੋ ਜੋ ਕੀ ਪਤਾ ਕਰਨ ਪਹਿਲਾਂ ਨਾਲ 10 ਵਾਰ ਕੱਢ ਕੇ ਤਾਂ ਗਏ ਆਪਾਂ ਉਹੀ ਕੱਢ ਕੇ ਗਏ ਆ 29 41 ਸੰਦਾਰੀ ਉਹ ਸਵਾਲ ਤੇ ਆਸਾਂ ਸੇਮ ਹੈਗੇ ਠੀਕ ਹੈ ਆ ਚੀਜ਼ ਆਪਾਂ ਕੱਢਣੀ ਹੁੰਦੀ ਹੈਗੀ ਇਹ ਜੇ ਵਟਾ ਲਾ ਲਈਦਾ ਹੁੰਦਾ ਬਾਅਦ ਜਿਹੜੀ ਚੀਜ਼ ਆ ਗਈ ਟੁਟੇ ਬਣਾ ਲਈਦੇ ਨੇ ਕਿ a b ਕਿੰਨਾ ਕਰੀਏਗੀ ਆ ਚੀਜ਼ ਬਣ ਜੇ ਠੀਕ ਹੈ ਇਸ ਤੋਂ ਬਾਅਦ ਆ ਗਿਆ ਆਪਾਂ 8ਵੇਂ ਤੇ ਅਰਥ ਮਿਲ ਆਗੇ ਕਿ ਦੋ ਸੰਖਿਆਵਾਂ ਦਾ ਐਲਸੀਐਮ ਤੇ ਐਚਸੀਐਫ ਆਪਾਂ ਇੰਨਾਗਾ ਜੇਕਰ ਇਹਨਾਂ ਸੰਖਿਆਵਾਂ ਦਾ ਜੋੜ 60 ਹੈ ਠੀਕ ਹੈ ਜੀ ਜੇਕਰ ਇਹਨਾਂ ਸੰਖਿਆਵਾਂ ਦਾ ਜੋੜ 60 ਹੈ ਤਾਂ ਇਹਨਾਂ ਦੇ ਵਿੱਚ ਛੋਟੀ ਸੰਖਿਆ ਕਿਹੜੀ ਹੈ ਦੇਖੋ ਬੱਚੋ ਆਹ ਸਵਾਲ ਹੈਗਾ ਥੋੜਾ ਟਫ ਠੀਕ ਹੈ ਇਹ ਤੁਹਾਨੂੰ ਮੈਂ ਟ੍ਰਿਕ ਨਾ ਕਰਵਾਉਂਗਾ ਛੋਟੀ ਟ੍ਰਿਕ ਨਾ ਕਿਰੇਂ ਕਿ ਤੁਸੀਂ ਸਕਿਪ ਕਰ ਦਿਓ ਮੈਂ ਤੁਹਾਨੂੰ ਪੂਰੀ ਵਧੀਆ ਸ਼ਾਰਟ ਟ੍ਰਿਕ ਨਾ ਕੱਢ ਕੇ ਦਿਖਾਵਾਂਗਾ ਕਿਉਂਕਿ ਜੇ ਮੈਂ ਐ ਕੱਢਣ ਲੱਗਿਆ ਸਵਾਲ ਇਹ ਵੱਡਾ ਵਾਲਾ ਬਗ ਜਾਣਾਗਾ ਇਹ ਜੇ ਪਹਿਲਾਂ ਆਪਣਾ x ਮੰਨ ਲਈ ਪੂਗੀ ਠੀਕ ਹੈ x ਤੋਂ ਬਾਅਦ ਆਪ ਨੂੰ ਮੰਨਣਾ ਪਊਗਾ 60 x ਆਪਾਂ ਨੂੰ ਕਰਨੀ ਪਊਗੀ ਗੁਣਾ ਗੁਣਾ ਕਿਰ ਕਰਨੀ ਪਊ 12 72 ਦੀ ਇਸ ਦੋਵਾਰਿਆ ਟੋਟੇ ਬਣਾਉਣੇ ਪੈਣਗੇ ਟੋਟੇ ਬਣਾ ਕੇ ਫਿਰ ਇਹਨਾਂ ਦੇ ਵਿੱਚ ਬੈਲੂਆ ਪੁੱਟ ਕਰਨੇ ਪੈਣਗੇ ਬਾਹਰ ਵੱਡਾ ਅਨਸਰ ਆਜੂਗਾ ਆਪਾਂ ਸਿਰਫ ਤੁਹਾਨੂੰ ਆਖਰ ਵਾਲੀ ਵੀਡੀਓ ਦੇ ਵਿੱਚ ਇੱਕ ਟਰਿਕ ਦੇ ਵਿੱਚ ਇੱਕ ਲਾਈਨ ਦੇ ਵਿੱਚ ਹੀ ਇਹਨਾਂ ਦਾ ਅਨਸਰ ਕਰਵਾ ਦੂੰਗਾ ਮੈਂ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਪ੍ਰਸ਼ਨ ਇਹਦੇ ਵਿੱਚ ਉਹੀ ਚੀਜ਼ ਦੁਬਾਰੇ ਫੇਰ ਟੂ ਫੇਰ ਹੈ ਕਿ ਦੋ ਸੰਖਿਆਵਾਂ ਵਾਲਾ HCF ਤੇ LCM ਦਾ ਜੋੜ ਕਿੰਨਾਗਾ 680 ਹੈਗਾ ਓਕੇ ਜੀ ਇਸਵਾਲ ਵਿੱਚ ਆਪਾਂ ਬੱਚਾ ਨਾ ਘਟਾ ਬੂ ਇਹ ਕਹਿੰਦੇ ਕੀ ਕਹਿੰਦੇ ਆ ਕਿ ਦੋ ਸੰਖਿਆਵਾਂ ਦਾ ਐਚसीएफ ਪਲੱਸ ਐਲਸੀਐਮ ਬੱਚਿਓ ਇਹ ਕਿੰਨਾਗਾ 680 ਆ ਠੀਕ ਹੈ ਜੀ 680 ਹੈ ਕਹਿੰਦੇ ਜੇਕਰ ਐਲਸੀਐਮ ਲੈਸੀਏ ਮੈਂ ਉਹ ਐਚ ਸੀ ਐਫ ਤੋਂ ਐਚ ਸੀ ਐਫ ਤੋਂ ਬਰਾਬਰ ਐਲ ਸੀ ਐਮ 84 ਗੁਣਾ ਹੋਵੇ ਠੀਕ ਹੈ ਤਾਂ ਇੱਕ ਸੰਖਿਆ 56 ਤੇ ਦੂਜੀ ਸੰਖਿਆ ਕਿੰਨੀ ਹੋਊਗੀ ਤਾਂ ਇਹ ਬਰਾਬਰ ਬਣ ਜਾਂਦਾ ਹੁੰਦਾ 680 ਆਹ ਚੀਜ਼ ਕਹਿਤੀ ਉਹਨਾਂ ਨੇ ਆਹ ਜੀ ਤਾਂ ਇਕੱਠੇ ਇੱਕ ਤਾਂ ਇਹਨੇ ਇਕੱਠੇ ਨਾਲ ਜੋੜ ਦਿੱਤਾ ਦੂਜੀ ਵਾਰ ਕਹਿੰਦਾ ਕਹਿੰਦੇ ਜੇਕਰ ਐਚ ਸੀ ਐਫ ਹੈ ਜਿਹੜਾ LCM 84 ਗੁਣਾ ਹੋਵੇ ਕੀ ਦਾ HCF ਦਾ ਤਾਂ 680 ਬੰਦ ਹੈ ਕਹਿੰਦੇ ਇਹਦੇ ਇੱਕ ਸੰਖਿਆ ਤਾਂ ਇਹਨਾਂ ਨੇ 1 84 ਦਿੱਤੀ ਆਪਾਂ ਨੂੰ ਕਹਿੰਦੇ ਇੱਕ ਸੰਖਿਆ 56 ਹੋਵੇ ਦੂਜੀ ਸੰਖਿਆ ਪਤਾ ਕਰੋ ਪਹਿਲਾਂ ਹੁਣ ਰੌਲਾ ਪੈ ਗਿਆ ਆਪਣੇ ਇਹਨਾਂ ਦੇ ਵਿੱਚ 84 ਦੇ ਕਾਹ ਹੋ ਗਿਆ ਤੇ ਇੱਕ ਇਹਨੂੰ ਜੋੜ ਲਓ ਵਿੱਚ ਇਹ ਕਿੰਨਾ ਬਣ ਗਿਆ 84 ਦੇ ਕਿੰਨਾ ਬਣ ਗਿਆ 85 85 ਨੂੰ ਹੁਣ ਆਪਾਂ ਵੰਡੋ 85 ਹੋ ਗਿਆ 85 ਗੁਣਾ HCF ਕਰ ਦਨੇ ਆ ਹੁਣ ਆਪਾਂ 85 ਗੁਣਾ ਐਚ ਸੀ ਐਫ ਕੀਤਾ ਤਾਂ ਇਹ ਬਰਾਬਰ ਆ ਗਿਆ 680 ਐਚ ਸੀ ਐਫ ਕਾਮਨ ਕੱਢ ਲਓ ਤੇ 680 ਵਟਾ ਆਪਾਂ 85 ਕਰ ਦਨੇ ਆ ਤੇ ਆਸਰੇ ਵਿੱਚ ਕੱਟ ਕੇ ਕਿੰਨਾ ਆ ਜੂਗਾ ਬੱਚੋ ਅਨਸਰ 8 ਆ ਜੂਗਾ ਠੀਕ ਹੈ ਕਿੰਨਾ ਆ ਜੂਗਾ 8 ਆ ਜੂਗਾ ਇਹ ਜਿਹੜੀ 8 ਹੈਗੀ ਇਹ ਆ ਗਿਆ ਆਪਣੇ ਕੋਲੇ ਐਚ ਸੀ ਐਫ ਤੇ ਐਲ ਸੀ ਐਮ ਕਿੰਨੇ ਗੁਣਾ ਦਾਗਾ 84 ਗੁਣਾ 84 ਨੂੰ ਆਪਾਂ ਨਾਲ ਜਿਹਨੂੰ ਗੁਣਾ ਕਰਾਂਗੇ ਬੱਚੋ ਇਹ ਬਣ ਜੂਗਾ ਆਪਣੇ ਕੋਲੇ 672 ਠੀਕ ਹੈ ਤੇ 672 ਨੂੰ ਦੋ ਵਾਰ ਗੁਣਾ 8 ਨਾਲ ਕਰ ਦੋ ਤੇ ਭਟਾਏ ਦੇ 56 ਦਾ ਰੋੜੀ ਦੂਜੀ ਸੰਖਿਆ ਤਾਂ ਕਟਕਟਾ ਕੇ ਅਨਸਰ ਆ ਜੂਗਾ ਅੱਧੇ ਬੱਚ ਨੂੰ ਸਮਝ ਨਹੀਂ ਆਇਆ ਹੁਣ ਦੁਬਾਰੇ ਮੈਂ ਫੇਰ ਸਮਝਾਉਣਾ ਇਹ ਸਵਾਲ ਧਿਆਨ ਨਾਲ ਸੁਣਿਆ ਹੁਣ ਦੇਖੋ ਉਹਨੇ ਕੀ ਕਹਤਾ ਕਹਿੰਦੇ ਇੱਕ ਤਾਂ ਆਪਣੇ ਕੋਲ ਐਚसीएफ ਹੈ ਪਲੱਸ ਐਲਸੀਐਮ ਹੈ ਇਹਨਾਂ ਦੋਨਾਂ ਦਾ ਜੋੜ ਬੱਚੋ ਕਿੰਨਾ ਦਿੱਤਾ ਆਪਾਂ ਨੂੰ 680 ਦਿੱਤਾ ਕਹਿੰਦੇ ਜਿਹੜਾ ਐਲਸੀਐਮ ਹੈ ਜਿਹੜਾ ਉਹ ਐਚसीएफ ਦਾ 84 ਗੁਣਾ LCM ਜਿਹੜਾ ਉਹ 84 ਗੁਣਾ ਕੀ ਦਾ HCF ਦਾ HCF ਦਾ ਠੀਕ ਹੈ ਕਿੰਨੇ ਗੁਣਾ ਬੱਚਿਓ 84 ਗੁਣਾ ਇੱਥੋਂ ਤੱਕ ਦਾ ਆਪਾਂ ਸਾਰਾ ਕੁਝ ਕਲੀਅਰ ਹੋ ਗਿਆ ਨਾ ਆਪਣਾ ਇਸ ਤੋਂ ਬਾਅਦ ਆਪਾਂ ਕੀ ਪਤਾ ਕਰਨਾ ਆਪਾਂ ਸਭ ਤੋਂ ਪਹਿਲਾਂ ਨਾ ਮਹੱਤਵ ਸਵਰਕ ਪਤਾ ਕਰਾਂਗੇ ਕਿਉਂਕਿ LCM ਦਾ 84 ਗੁਣਾ ਮਹੱਤਵ ਸਵਰਕ ਉਹ ਵੀ ਪਤਾ ਲੱਗੂ ਆਪਾਂ ਨੂੰ ਸਾਰਾ ਕੁਝ ਤਾਂ ਇਹ ਹੋ ਗਿਆ 84 84 ਦੇ ਵਿੱਚ ਇੱਕ ਸੰਖਿਆ ਇਹਦੀ ਜੋੜ ਲਓ ਇਹ ਕਿੰਨਾ ਬਣ ਜੂਗਾ 85 ਬਣ ਜੂਗਾ ਠੀਕ ਹੈ ਜੀ ਕਿੰਨਾ ਬਣ ਜੂਗਾ ਇਹ 85 ਬਣ ਜੂਗਾ ਤੇ ਹੁਣ ਆਪਾਂ ਮਹੱਤਵ ਸਵਰਕ ਪਤਾ ਕਰਨ ਵਾਸਤੇ 600 80 ਵਟਾ 680 ਵਟਾ ਆਪਾਂ 85 ਕਰ ਦੇਣ ਜਿਹੜੇ ਕੱਟ ਤੇ ਆਪਾਂ ਠੀਕ ਹੈ ਤਾਂ ਆਪਣੇ ਕੋਲੇ 8 ਕੀ ਆ ਗਿਆ ਬੱਚਿਓ ਐਚ ਸੀ ਐਫ ਆ ਗਿਆ ਆਪਣੇ ਕੋਲੇ 8 ਠੀਕ ਹੈ ਕਿੰਨਾ ਆ ਗਿਆ ਆਪਣੇ ਕੋਲੇ 8 ਆ ਗਿਆ ਐਚਸੀਐਫ ਤੇ ਜਿਹੜਾ ਇਹ 8 ਆ ਗਿਆ ਇਹਦੀ ਵੈਲਿਊ ਆਪਾਂ ਇੱਥੇ ਪੁੱਟ ਕਰਕੇ ਦੇਖੀਏ ਇੱਥੇ ਪੁੱਟ ਕਰ ਲੈਣੇ 84 ਐਚਸੀਐਫ ਤਾਂ ਕੱਢ ਹੀ ਲਿਆ ਆਪਾਂ ਐਲਸੀਐਮ ਦੇ ਵਿੱਚੋਂ 84 ਗੁਣਾ ਦੇ ਵਿੱਚੋਂ ਤਾਂ ਐਚਸੀਐਫ ਦੀ ਵੈਲਿਊ ਕਿੰਨੀ ਆ 8 ਪਲੱਸ ਐਲਸੀਐਮ ਹੋ ਗਿਆ ਇਕੁਅਲ ਟੂ 680 ਹੋ ਗਿਆ ਤਾਂ ਐਲਸੀਐਮ ਨੂੰ ਆਪਾਂ ਇੱਧਰ ਹੀ ਰੱਖ ਲੰਨੇ ਆ 680 ਦੇ ਵਿੱਚੋਂ 8 ਕੱਢੇ ਕਿੰਨੇ ਬਚ ਗਏ ਮਗਰ 672 ਇੱਕ ਹੀ ਹੋ ਗਿਆ ਐਲਸੀਐਮ ਹੋ ਗਿਆ एलसीएम भी निकल गया एचसीएफ भी निकल गया बाद में ਆਪਾਂ ਕੀ ਕਰਦੇ ਹਾਂ ਹਮੇਸ਼ਾ ਵਾਸਤੇ ਦੋਨੇ ਜਿਹੜੇ ਆਪਾਂ ਐਲਸੀਐਮ ਜਿੱਥੇ ਵੀ ਮਿਲ ਜੇ ਤੇ ਜਿੱਥੇ ਵੀ ਉਹਨਾਂ ਐਚਸੀਐਫ ਮਿਲ ਜੂ ਉਧੀਆਂ ਆਪਸ ਦੇ ਵਿੱਚ ਗੁਣਾ ਕਰਦਨੇ ਹੁੰਦੇ ਆ ਤੇ ਜਿਹੜੀ ਆਪ ਨੂੰ ਇੱਕ ਸੰਖਿਆ ਦਿੱਤੀ ਵੀ ਹੁੰਦੀ ਹੈ ਉਹ ਆ ਪੂਰੇ ਵਟਾ ਲਾ ਦਨੇ ਹੁੰਦੇ ਆ ਤੇ 87 56 672 ਨੂੰ 7 ਦੇ ਵੰਡ ਤੋਂ ਤੇ ਆਪਣੇ ਕੋਲੇ ਆਨਸਰ ਆ ਜਾਊਗਾ ਠੀਕ ਹੈ ਜੇ ਹਜੇ ਵੀ ਕਿਸੇ ਬੱਚੇ ਨੂੰ ਇਸ ਵਾਰ ਸਮਝ ਨਹੀਂ ਆਇਆ ਤਾਂ ਕੋਈ ਚੱਕਰ ਨਹੀਂ ਬੱਚੋ ਮੈਥੋਂ ਪੁੱਛ ਲਿਓ ਠੀਕ ਹੈ ਮੈਂ ਕੱਲੂ ਫੇਰ ਕਰਵਾ ਦੂੰਗਾ ਸੋਨੂੰ ਇਸ ਸਵਾਲਾ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਸਵਾਲ ਆ ਗਿਆ ਕਹਿੰਦੇ ਦੋ ਸੰਖਿਆਵਾਂ ਦਾ ਐਲਸੀਐਮ 120 ਹੈ ਇਹਨਾਂ ਵਿੱਚੋਂ ਕਿਹੜੀ ਸੰਖਿਆ ਦਾ ਐਚਐਸਐਫ ਨਹੀਂ ਹੋ ਸਕਦੀ ਦੋ ਸੰਖਿਆਵਾਂ ਦਾ ਐਲਸੀਐਮ ਤਾਂ ਇੰਨਾ ਹੈ ਕਿਹੜੀ ਸੰਖਿਆ ਦਾ ਐਚਸੀਐਫ ਨਹੀਂ ਹੋ ਸਕਦੀ ਤਾਂ ਇਹਦਾ ਸਿੱਧਾ ਇੱਕ ਮੈਥਡ ਹੈਗਾ ਕੀ ਕਰਨਾ ਤੁਸੀਂ ਇਹ ਕੱਲੀ-ਕੱਲੀ ਸੰਖਿਆ ਨੂੰ 120 'ਤੇ ਵੰਡ ਕੇ ਦੇਖ ਲਓ ਦੇ ਨਹੀਂ ਵੰਡੀ ਗਈ ਉਹ ਤੇ ਹਚਸੇ ਨਹੀਂ ਹੋ ਸਕਦੀ ਕਿਉਂਕਿ ਐਲਸੀਐਮ ਦਾ ਸਬੰਧ ਹਮੇਸ਼ਾ ਹਚਸੇ ਆਪਣੇ ਨਾਲ ਇਨਡਾਇਰੈਕਟ ਜਾਂ ਟ੍ਰੈਕਟਰ ਤੌਰ ਤੇ ਹੁੰਦਾ ਹੀ ਹੈ ਹੁਣ 120 ਨੂੰ ਦੇਖੋ ਬਈ ਅੱਠ ਤੇ ਵੰਡਾਂਗੇ 1 8 8 8 8 ਪੰਜ 40 ਵੰਡਿਆ ਗਿਆ ਪੂਰਾ ਪੂਰਾ 12 ਵੀ ਵੰਡਿਆ ਜਾਉ 10 ਤੇ 24 ਵੀ ਵੰਡਿਆ ਜਾਉ 5 ਤੇ 35 ਨਹੀਂ ਵੰਡਿਆ ਜਾਂਦਾ ਡੀ ਆਨਸਰ ਆ ਗਿਆ ਬਸ ਇਹਦਾ ਓਕੇ ਤੇ ਆਹ ਤਾਂ ਬਈ ਤੁਸੀਂ ਆਪ ਹੀ ਕਰ ਲਓ ਯਾਰ ਇਹ ਤਾਂ ਸੌਖੇ ਸੁਭਾਅ ਦਾ ਜਾਂ ਕਰਵਾ ਦਾਂ ਲੋੜਦਾ ਬਈ ਤੁਹਾਡੇ ਤੇ ਵਾੜਾ ਯਾਰ ਚਲ ਆਏ ਕਰੋ ਬੱਚਿਓ ਤੁਸੀਂ ਤਾਂ 10 ਹੀ ਕੱਢ ਲਓ ਯਾਰ ਬਾਕੀ ਆ ਦੇਖ ਲਓ ਜਿਹੜੀ ਬੱਚੇ ਹੀ ਕੱਢ ਲੈਣਗੇ ਸਵਾਲ ਠੀਕ ਹੈ ਨਾ ਉਹਨਾਂ ਨੂੰ ਸ਼ਾਬਾਸ਼ ਹੈ ਜਿਹੜੋਂ ਨਹੀਂ ਨਿਕਲਦੇ ਕੋਈ ਚੱਕੇ ਤੁਸੀਂ ਮੱਥਾ ਮਾਰ ਕੇ ਦੇਖ ਲਓ ਬਸ ਉਹੀ ਚੀਜ਼ ਦਿੱਤੀ ਵੀ ਹੈ 306 ਤੇ 357 ਦਾ ਐਲਸੀ ਐਚसीएफ ਕਿੰਨਾਗਾ 9 ਆਗਾ ਠੀਕ ਹੈ ਇਹਦਾ ਆਪਾਂ ਐਲਸੀਐਮ ਕੱਢਣਾਗਾ ਉਹ ਜਿਵੇਂ ਆ ਪਿਛਲੇ ਸਵਾਲ ਕੱਢੇ ਸੀ ਠੀਕ ਹੈ ਪਿਛਲੇ ਸਵਾਲ ਕਿਵੇਂ ਕੱਢੇ ਦੇਖੋ ਸੌਖਾ ਸਵਾਲ ਹੀ ਹੈ ਇੱਕ ਸੰਖਿਆ ਤਾਂ ਤੁਹਾਨੂੰ ਦਿੱਤੀ ਹੋਈ ਹੈਗੀ ਦੂਜੀ ਸੰਖਿਆ ਕੱਢਣੀ ਹੈ ਆਪਾਂ ਉਹ ਕਿਵੇਂ ਨਿਕਲੂਗੀ ਸਿੱਧਾ ਦੱਸ ਦੇਖ ਲਓ 306 ਗੁਣਾ 657 ਕਰਦਾਂ ਨੇ ਆਪਾਂ ਕਿਉਂਕਿ ਜਿਹੜਾ ਐਚਸੀਐਫ ਹੀ ਦੋਨੇ ਤੇ ਭਾਟਾ ਕਰ ਦੋ ਨੋ ਠੀਕ ਹੈ ਜਿੱਦਾਂ ਕੱਟ ਕਟਾ ਕੇ ਆਨਸਰ ਆ ਗਿਆ ਉਹ ਤੁਹਾਡਾ ਉੱਤਰ ਆਗਾ ਠੀਕ ਹੈ ਇਸ ਤੋਂ ਬਾਅਦ ਆ ਆ ਗਿਆ ਉਹ ਨਿਊਨਟਮ ਪੂਰਨ ਵਰਗ ਸੰਖਿਆ ਪਤਾ ਕਰੋ ਜਿਹੜੀ 12 15 25 ਤੇ ਪੂਰੀ ਪੂਰੀ ਵੰਡੀ ਜਾਵੇ 12 15 25 ਤੇ ਪੂਰੀ ਪੂਰੀ ਵੰਡੀ ਜਾਵੇ ਨਿਊਨਟਮ ਤੋਂ ਨਿਊਨਟਮ ਸੰਖਿਆ ਦੱਸੋ ਕਿਹੜੀ ਹੋਊਗੀ ਤਾਂ ਉਹ ਨਿਊਨਟਮ ਸੰਖਿਆ ਕੱਢਣ ਵਾਸਤੇ ਆਪਾਂ ਕੀ ਕਰਦੇ ਹੁੰਦੇ ਆ ਦੱਸੋ ਕੀ ਕਰਾਂਗੇ ਨਿਊਨਟਮ ਸੰਖਿਆ ਕੱਢਣ ਵਾਸਤੇ ਆਪਾਂ ਕੀ ਕਰਾਂਗੇ ਜੇ ਵਾਸਤੇ ਨਿਊਨਤਮ ਸਾਕੇ ਪੂਰਨ ਵਰਗ ਪਤਾ ਕਰਨਾ ਵਰਗ ਕੀ ਹੁੰਦਾਗਾ ਵਰਗ ਹੁੰਦਾ ਕਿਸੇ ਚੀਜ਼ ਦਾ ਸਕੁਆਇਰ ਜੇ 2 ਦਾ ਵਰਗ ਕਿੰਨਾ 2 ਦੀ 2 ਲਿਖਤਾ 2 ਦਾ ਵਰਗ ਕਿੰਨਾ ਹੋ 4 ਠੀਕ ਹੈ 5 ਦਾ ਵਰਗ 2 ਦਾ ਵਰਗ ਹਮੇਸ਼ਾ ਸਕੁਆਇਰ ਚ ਹੁੰਦਾਗਾ ਇਹਨੂੰ ਵਰਗ ਵਰਗ ਦਾ ਫਾਰਮੂਲਾ ਇਹ ਹੈ ਠੀਕ ਹੈ ਦੇਖੋ ਕਿਵੇਂ ਕੱਢਾਂਗੇ ਆਪਾਂ ਕਿਹੜੇ ਜੋ ਛੋਟੀ ਛੋਟੀ ਨਿਊਨਤਮ ਸਾਕੇ ਕੱਢ ਨਹੀਂ ਹੋਵੇ ਤਾਂ ਲਘੁਤਮ ਕੱਢ ਲਈਦਾ ਹੁੰਦਾ 2 ਇਹ ਤਰ੍ਹਾਂ ਜਾਂਦਾ ਨਹੀਂ ਜ ਜਾਊਗਾ 3 ਤੇ 3 ਚੌਕੇ 12 5 3 15 25 ਦੇ 25 ਉਹ ਮੈਂ ਲਿਖ ਲਿਆ ਤੇ ਦੋ ਜਾਂਦੇ ਕਿ ਸਿਪੜੇ ਤੇ ਨੀਂਹ ਦੀ ਦੂਸਰ ਸਿੱਧਾ ਪੰਜ ਦੇ ਜਾਣਗੇ 4 2 ਬਿਲੇਗਲੇ 1 5 5 25 ਠੀਕ ਹੈ 5 ਦਾ 20 20 ਪੰਜ ਦਾ 100 100 300 300 ਠੀਕ ਹੈ ਕਿੰਨਾ ਆ ਗਿਆ ਆਪਣੇ ਕੋਲੇ 300 ਆ ਗਿਆ ਤੇ 300 ਦੇ ਨੇੜੇ ਤੇ ਕਿਹੜਾ ਸਕੁਅਰ ਬਣਦਾ ਆਪਣੇ ਕੋਲੇ 30 ਹੀ ਲਾ ਕੇ ਦੇਖ ਲਓ ਜੇ ਆਪਾਂ 30 30 ਦਾ ਕਰਦੇ ਕਿੰਨਾ ਆਜੂਗਾ ਆਪਣੇ ਕੋਲੇ 900 ਆਜੂਗਾ ਤੇ 900 ਨਾਲ ਰਿਲੇਟਡ ਕਿਹੜੀ ਸੰਖਿਆ ਪਈ ਆ ਪਈ ਆ ਬਸ ਆਨਸਰ ਆਜੂਗਾ ਆਪਣੇ ਕੋਲੇ ਜੇ ਉਲਝਣ ਹੈ ਕਿਹੜੀ ਗੱਲ ਆਪਣੇ ਕੋਲੇ ਓਕੇ ਜੇ ਸੁਣੋ ਇਹ ਮੈਥ ਤੁਹਾਨੂੰ ਸਮਝ ਨਹੀਂ ਲੱਗੀ ਤਾਂ ਮੈਂ ਤੁਹਾਨੂੰ ਦੂਸਰਾ ਮੈਥਡਿਕ ਕੋਲ ਲਵਾ ਦਿੰਦਾ ਦੇਖੋ ਇਹ ਜੇ ਉਹ ਬੰਦਾ ਤਾਂ ਕੱਢ ਲੂਗਾ ਜੀ ਥੋੜੀ ਪ੍ਰੈਕਟਿਸ ਹੈ ਜਿਹਦੀ ਪ੍ਰੈਕਟਿਸ ਨਹੀਂ ਹੈਗੀ ਉਹ ਨਹੀਂ ਕੱਢ ਸਕਦਾ ਦੇਖੋ ਆ ਚੀਜ਼ ਹੈਗੀ ਕੱਢ ਲਾਨੇ ਆਪਾਂ 6 2 12 4 3 12 5 3 15 25 ਉਹ ਵੀ ਧਾਰ ਲਿਆ ਇਸ ਤਰ੍ਹਾਂ 5 ਧਾਰ ਲਿਆ 4 ਉਹ ਵੀ ਧਾਰ ਲਿਆ 5 5 25 3 5 4 ਤੇ 5 ਆ ਚੀਜ਼ ਆ ਗਈ ਹੁਣ ਆਪਾਂ ਇਹਨਾਂ ਸਾਰਿਆਂ ਦਾ ਨਿਊਨਤਮ ਪੂਰਨ ਵਰਗ ਕਰਨਾ ਆਪਾਂ ਸਾਰਿਆਂ ਦਾ ਵਰਗ ਕਰਨਾ ਸਭ ਤੋਂ ਪਹਿਲਾਂ ਆਪਾਂ 5 ਦਾ ਵਰਗ ਕਰ ਦਈਏ ਇਸ ਤੋਂ ਬਾਅਦ 4 ਦਾ ਵਰਗ 4 ਦਾ ਵਰਗ ਸਿੱਧੇ ਹੋ ਜੂਗਾ ਤਾਂ ਆਪ ਹੀ ਵਰਗਾ 4 ਤਾਂ 2 2 4 ਇਸ ਤੋਂ ਬਾਅਦ ਆਪਾਂ ਕੀ ਕਰੀਏ 5 ਦੋ ਵਾਰੀ ਆ ਗਿਆ ਸੀ ਤਾਂ ਕਰਕੇ 5 ਨੂੰ ਦੋ ਵਾਰੀ ਲਿਖ ਲਿਆ ਇਹਦੇ 2 2 2 2 4 ਕਰਤਾ ਤੇ ਇੱਥੇ ਰਹਿ ਗਿਆ ਮਗਰ 3 ਤਾਂ 3 ਦਾ ਵੀ ਆਪਾਂ ਨੂੰ ਵਰਗ ਤਾਂ ਫਿਰ ਕਰਨੀ ਪਊ ਜੋ ਸਾਰਿਆਂ ਨੇ ਕੀਤਾ ਬੈਲੈਂਸ ਕਰਨ ਵਾਸਤੇ ਤਾਂ ਜੇਕਰ ਆਪਾਂ ਇਹਨੂੰ ਅਨਸਰ ਲਾਵਾਂਗੇ ਤਾਂ ਅਨਸਰ ਇਹਦਾ 900 ਆ ਜਾਊਗਾ ਓਕੇ ਜੀ ਇਹ ਹੈ ਇਹਦਾ ਮਤਲਬ ਇਸ ਤੋਂ ਬਾਅਦ ਅਗੜਾ ਸਵਾਲ ਆ ਗਿਆ ਇਸ ਵਾਰ ਧਿਆਨ ਨਾਲ ਦੇਖੋ ਕਿ ਇਹ ਕਿ ਨਿਊਨਤਮ ਉਹ ਨਿਊਨਤਮ ਸਾਂਖਿਆ ਕਿਹੜੀ ਹੈ ਜਿਹੜੀ 8 10 12 ਦੇ ਵੰਡੇ ਜਾਂ ਤੇ ਬਾਕੀ ਕਿੰਨੇ ਬਚਦੇ ਆ 10 ਬਚਦੇ ਕੁਝ ਵੀ ਕਰਨਾ ਹੋਵੇ ਆਪਾਂ ਚੁੱਪ ਕਰਕੇ ਕੀ ਕਰੋ ਪਹਿਲਾਂ ਤਾਂ ਇਹਨਾਂ ਦਾ ਐਲਸੀਐਮ ਕਰ ਦੋ ਜਾ ਰਿਹਾ ਦੁਬਾਰਾ ਕਿਸੇ ਤੇ ਨਹੀਂ ਜਾ ਰਿਹਾ ਐਲਸੀਐਮ ਕੱਢ ਲਓ ਇਹਨਾਂ ਦਾ ਪਾਂ 3 15 15 2 30 30 2 60 60 2 120 120 ਆ ਗਿਆ ਆਪਣੇ ਕੋਲੇ ਕੀ ਕਹਿੰਦੇ ਆ ਕਿ ਨੇ 7 ਬਾਕੀ ਬਚਦੇ ਇਹ 7 ਬਾਕੀ ਬਚਦੇ ਹੁੰਦੇ ਆ ਆਪਾਂ ਵਿੱਚ ਜੋੜ ਦਨੇ ਹੁੰਨੇ ਆ ਫਿਰ ਇਹ ਆਪ ਨੂੰ ਪਤਾ ਲੱਗੂਗਾ ਉਹ ਨਿਊਨਤਮ ਸੰਖਿਆ ਕਿਹੜੀ ਜਿਹੜਾ ਆਪਾਂ ਉਹਤੇ ਉਹ ਚੀਜ਼ ਨੂੰ ਵੰਡਦੇ ਆ ਠੀਕ ਹੈ ਤਾਂ ਅਗਿਓ 7 ਬਾਕੀ ਬਚਦੇ ਆ ਜਿਹੜਾ ਆਪਾਂ ਨੂੰ 120 ਤੇ ਵੰਡਦੇ ਆ 7 ਬਾਕੀ ਬਚਦੇ ਆ ਤਾਂ ਇਹਦੇ ਵਿੱਚ 7 ਜੋੜ ਦੋ ਜੇ ਆਪਾਂ 127 ਤੇ ਕੋਈ ਨਿਊਨਤਮ ਸੰਖਿਆ ਵੰਡਦੇ ਆ ਤਾਂ ਮਗਰ ਆਪਣੇ 7 ਬਾਕੀ ਬਚਦੇ ਆ ਠੀਕ ਹੈ ਤਾਂ ਉਹ ਸੰਖਿਆ ਕਿਹੜੀ ਆ ਬੱਚਿਓ 127 ਆ ਠੀਕ ਹੈ ਆਪੇ ਅਨਸਰ ਉਹ ਵਿੱਚ ਜੋੜ ਦਿੱਤੇ ਹੁੰਦੇ ਜਿਹੜੇ ਮਗਰ ਬਾਕੀ ਬਚਣ ਜੇ ਇਹ ਜਸਵਾਲ ਹੈ ਇਹ ਸਵਾਲ ਨਾਲ ਚੰਗੀ ਤਰ੍ਹਾਂ ਰਕਮਾਂ ਵੀ ਸਮਝਣੀਆਂ ਤੁਸੀ ਇਹ ਸਵਾਲਾਂ ਦੀਆਂ ਠੀਕ ਹੈ ਧੰਨਵਾਦ ਮੇਰੇ ਦੋਸਤੋ ਜੌਨ ਦੇ ਬਾਦ ਦੇ